ਗੁਰੂ ਅਰਜੁਨ ਦੇਵ ਜੀ ਦੇ ਚਰਨ ਪਕੜੀਏ ਤੇ ਮੈਂ ਗੁਰੂ ਅਰਜੁਨ ਦੇਵ ਕਿਹਾ, ਯਾਦ ਰੱਖਿਓ। ਮਨ ਚ ਕਈ ਵਾਰ ਕਈਆਂ ਦੇ ਆ ਜਾਂਦਾ, ਮੈਂ ਇੱਕ ਜਗ੍ਹਾ ਕਥਾ ਕਰਨ ਗਿਆ ਜੀ ਇੱਥੇ ਅਮੈਰੀਕਾ ਚ, ਉੱਥੇ ਕਹਿੰਦੇ ਜੇ ਧੰਨ ਗੁਰੂ ਨਾਨਕ ਦੇਵ ਕਹੀਏ ਤੇ ਸਟੇਜ ਤੋਂ ਟੋਕ ਦਿੰਦੇ ਨੇ। ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਗੁਰੂ ਨੂੰ ਧੰਨ ਧੰਨ ਕਹਿੰਦੇ ਨੇ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਤਾਂ ਬੰਦਗੀ ਵਾਲੇ ਨੂੰ ਧੰਨ ਕਹਿੰਦੇ ਆ। ਪਿਆਰਿਓ, ਅਸੀਂ ਸਾਰੇ ਬਚਨ ਪੜ੍ਹਨੇ ਆ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਪਾਈ ਹੈ ਸੋ ਸਤਿਗੁਰ ਸਿਮਰੋ ਨਰੋ। ਮਹਾਰਾਜ ਜੀ ਤਾਂ ਸਿੱਖ ਨੂੰ ਵੀ ਕਹਿੰਦੇ ਆ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜਿਹੜੇ ਮੇਰਾਂ ਦੇ ਦਾਤੇ ਆ, ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ ਜੀ। ਦੇਖੋ, ਆਪਾਂ ਜੋ ਵੀ ਗੱਲ ਕਰਾਂਗੇ, ਯਤਨ ਕਰਾਂਗੇ ਗੁਰਬਾਣੀ ਵਿੱਚੋਂ, ਭਾਈ ਗੁਰਦਾਸ ਸਾਹਿਬ ਵਿੱਚੋਂ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤਾਂ ਹੁੰਦਾ ਕਿ ਕਿਸੇ ਨੇ ਪਹਿਲਾਂ ਸੁਣੀਆਂ ਹੋਣ ਸੁਫਤਾਂ, ਹਾਂਜੀ ਸੁਣੀ ਕੋਈ ਗੱਲ ਕੀਤੀ ਹੋਵੇ। ਇੱਕ ਹੁੰਦਾ ਜਿਹਨੇ ਅੱਖਾਂ ਨਾਲ ਦੇਖਿਆ ਹੋਵੇ ਤੇ ਦੇਖਣ ਤੋਂ ਬਾਅਦ ਅੰਦਰੋਂ ਮਹਿਸੂਸ ਕੀਤਾ ਹੋਵੇ। ਮਹਿਸੂਸ ਦਾ ਮਤਲਬ ਉਸ ਅਵਸਥਾ ਨੂੰ ਜਾਣਿਆ ਹੋਵੇ। ਉਹ ਸਾਡੇ ਕੋਲ ਜੀ ਜਿਹੜੀਆਂ ਹਜ਼ੂਰ ਨੂੰ ਦੇਖਣ ਵਾਲਿਆਂ ਨੇ ਬਾਣੀ ਉਚਾਰਨ ਕੀਤੀ, ਉਸ ਵਿੱਚ ਇੱਕ ਤਾਂ ਨੇ ਸਤਿਗੁਰੂ ਜੀ ਦੇ ਰਬਾਬੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਰਾਮ ਕਲੀ ਕੀ ਵਾਰ, ਦੂਸਰਾ ਨੇ ਸਾਡੇ ਕੋਲ ਭੱਟ ਸਾਹਿਬਾਨ ਜੀ। ਸਿਰਫ ਇੱਕ ਇੱਕ ਬਚਨ ਉਹਨਾਂ ਦਾ ਇਹ ਬਚਨ ਕਹਿ ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਹੋਵਾ, ਗੁਰੂ ਸਾਹਿਬ ਦੇ ਰਬਾਬੀ ਸਾਹਿਬ ਕਹਿ ਰਹੇ। ਉਸ ਵਿੱਚ ਇੱਕ ਤੁਕ ਹੈ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਕਿ ਧੰਨ ਗੁਰੂ ਅਰਜੁਨ ਦੇਵ ਤਖਤ ਤੇ ਬੈਠੇ ਆ, ਉਹਨਾਂ ਦੇ ਉੱਪਰ ਜਿਹੜਾ ਚੰਦੋਵਾ ਹੈ ਉਹ ਬੜਾ ਲਿਸ਼ਕ ਰਿਹਾ ਹੈ। ਮੈਂ ਫਿਰ ਬੇਨਤੀ ਕਰਾਂਗਾ, ਤਖਤ ਬੈਠੇ ਨੇ ਸਤਿਗੁਰੂ, ਆਮ ਤੌਰ ਤੇ ਕਹਾਂਗੇ ਕੱਪੜਾ ਲਿਸ਼ਕਦਾ, ਇਹ ਚੰਦੋਵਾ ਸ਼ਬਦ ਬਾਹਰ ਦਾ ਹੈ, ਪਰ ਉਹਨਾਂ ਨੂੰ ਤੁਰ ਅੰਦਰੋਂ ਸਮਝ ਪੈ ਗਈ ਹੈ ਕਿ ਗੁਰੂ ਅਰਜੁਨ ਸਾਹਿਬ ਜਿਸ ਪਦਵੀ ਤੇ ਬਿਰਾਜਮਾਨ ਨੇ, ਇਹਨਾਂ ਦੇ ਸੀਸ ਦੇ ਉੱਤੇ ਪਰਮੇਸ਼ਵਰ ਦਾ ਰੂਹਾਨੀ ਚੰਦੋਵਾ ਲਿਸ਼ਕ ਰਿਹਾ ਹੈ। ਫਿਰ ਬੇਨਤੀ, ਮੈਂ ਰੂਹਾਨੀ ਸ਼ਬਦ ਵਰਤੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਪਰਮੇਸ਼ਵਰ ਜੀ ਦੇ ਤਖਤ ਨੂੰ ਵੀ ਕਿਹਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤ ਸ਼ਾਹ ਨਿਸ਼ਚਲ ਚੌਰ ਛਤ। ਇੱਥੇ ਬੇਨਤੀ। ਦੂਸਰਾ ਭੱਟ ਸਾਹਿਬਾਨ ਜੀ ਬਚਨ ਕਰਦੇ ਆ ਹਜ਼ੂਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬਾਰੇ, ਰਬਾਬੀ ਸਾਹਿਬਾਨ ਨੇ ਤੇ ਸ਼ਬਦ ਵਰਤਿਆ ਜੀ ਤਖਤ ਬੈਠਾ ਅਰਜਨ ਗੁਰੂ। ਬੜੀ ਵਾਰੀ ਸੀ ਵਿਚਾਰਿਆ ਐੜਾ ਰਾਰਾ ਜੱਜਾ ਤੇ ਨੰਨਾ, ਪਰ ਭੱਟ ਸਾਹਿਬ ਜੀ ਇਹ ਬਚਨ ਕਰ ਰਹੇ ਨੇ ਤਤ ਵਿਚਾਰ ਯਾਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ। ਇਹ ਨੋਟ ਕਰਿਓ ਅੱਜ ਗੱਲ, ਜਪਿਓ ਜਿਨ ਅਰਜੁਨ ਦੇਵ ਗੁਰੂ, ਜਿਸ ਨੇ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਜਪਿਆ ਫਿਰ ਕੀ ਹੋਇਆ ਜੀ? ਮਹਾਰਾਜ ਕਹਿੰਦੇ ਉਹ ਗਰਭ ਜੂਨ ਤੋਂ ਬਚ ਗਿਆ। ਬੜੀ ਵੱਡੀ ਗੱਲ ਹੈ, ਕਿਉਂਕਿ ਗੁਰਬਾਣੀ ਵਿੱਚ ਕੋਈ ਫੋਕੀ ਬਟਰਿੰਗ ਤਾਂ ਹੈ ਨਹੀਂ ਨਾ। ਇਹ ਤਾਂ ਉਹ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ।
ਮਹਾਰਾਜ ਭਾਵੇਂ ਚਲੋ ਸਤਿਗੁਰੂ ਹੈ ਤਾਂ ਸਾਰੀ ਧੁਰ ਕੀ ਬਾਣੀ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਿੱਖੋ ਜਪਿਓ ਜਿਨ ਅਰਜੁਨ ਦੇਵ ਗੁਰੂ, ਜਿਸ ਨੇ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਜਪਿਆ ਉਹ ਫਿਰ ਗਰਭ ਜੋਨ ਚ ਨਹੀਂ ਪੈਂਦਾ, ਉਹ ਸੰਕਟ ਚ ਨਹੀਂ ਪੈਂਦਾ। ਇਉਂ ਸਮਝੋ ਸਲੋਕ ਸਹਿਸਕ੍ਰਿਤੀ ਆਪਾਂ ਗੁਰੂ ਅਰਜੁਨ ਦੇਵ ਜੀ ਨੂੰ ਜਪਣ ਵਾਲੇ ਪਾਸੇ ਤੁਰਨਾ, ਕਿਉਂਕਿ ਇਹ ਉਹਨਾਂ ਦੇ ਬਚਨ ਨੇ। ਆਪ ਅਸੀਸ ਬਖਸ਼ੋ। ਅੱਜ ਸ਼ੁਰੂਆਤ ਹੈ ਦੋ ਦੋ ਸਲੋਕ ਜਾਂ ਤਿੰਨ ਜਾਂ ਇੱਕ, ਜਿਸ ਤਰ੍ਹਾਂ ਸਲੋਕ ਹੋਣਗੇ ਪ੍ਰਕਰਨ ਬਣੇਗਾ ਉਹ ਅਸੀਂ ਵਾਚਾਂਗੇ ਤੇ ਬਹੁਤ ਚੰਗਾ ਹੋਵੇਗਾ। ਜਿਨ੍ਹਾਂ ਸੱਜਣਾ ਘਰ ਪੋਥੀਆਂ ਨੇ ਉਹ ਜ਼ਰੂਰ ਪਾਠ ਕਰਨ, ਇਹਦੇ ਨਾਲ ਬਹੁਤ ਸੌਖਾ ਸਾਨੂੰ ਕਹਿਣਾ ਔਰ ਸੁਣਨਾ ਹੋ ਜਾਂਦਾ। ਆਪ ਅਸੀਸ ਬਖਸ਼ੋ ਸਾਧ ਸੰਗਤ। ਧੰਨ ਗੁਰੂ ਅਰਜੁਨ ਦੇ ਮਹਾਰਾਜ, ਆਪ ਆਪਣੇ ਸ਼ਬਦ ਦੀ ਕਲਾ ਵਰਤਾਓ। ਸਤਿਗੁਰੂ ਅੰਦਰ ਨੂੰ ਟਿਕਾ ਬਖਸ਼ੋ, ਭਾਵਨਾ ਬਖਸ਼ੋ, ਵਕਤੇ ਪਣੇ ਦੀ ਖੌਮੇ ਤੋਂ ਬਚਾ ਕੇ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਇਹ ਕਹਿੰਦੇ ਹਾਂ ਤੇ ਸੱਚ ਹੈ। ਤਤਕਰੇ ਦੇ 31 ਰਾਗ ਨੇ ਜਿਸ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। 30 ਰਾਗ ਤਾਂ ਗੁਰੂ ਅਰਜੁਨ ਵੇਲੇ ਜੀ ਤੱਕ ਤੇ 31ਵਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਾਗ ਜੈ ਜਾ ਵੰਤੀ, 4 ਸ਼ਬਦ। ਇਸ ਰਾਗ ਤੋਂ ਬਾਅਦ ਫਿਰ ਜਿੰਨੀ ਬਾਣੀ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਅੱਗੇ, ਉਹ ਸਾਰੀ ਜਿਹੜੀ ਬਾਣੀ ਹੈ ਉਹ ਰਾਗ ਮੁਕਤ ਹੈ। ਫਿਰ ਅਰ ਸੁਣਿਓ, ਇਉਂ ਕਹਿ ਲਓ ਸਲੋਕ ਸਹਿਸਕ੍ਰਿਤੀ ਤੋਂ, ਸੰਸਕ੍ਰਿਤੀ ਤੋਂ ਬਾਅਦ ਜਿੰਨੀ ਬਾਣੀ ਅੱਗੇ ਆਵੇਗੀ ਉਹ ਛੰਦਾਬੰਦੀ ਵਿੱਚ ਜ਼ਰੂਰ ਹੈ, ਕਵਿਤਾ ਵਿੱਚ ਜ਼ਰੂਰ ਹੈ। ਸਲੋਕ ਨੇ, ਫੁਨੇ ਨੇ, ਚੌ ਬੋਲੇ ਨੇ। ਸਲੋਕਾਂ ਵਿੱਚ ਬਾਬਾ ਫਰੀਦ ਸਾਹਿਬ, ਭਗਤ ਕਬੀਰ ਜੀ, ਉਸ ਤੋਂ ਇਲਾਵਾ ਸਾਡੇ ਕੋਲ ਭੱਟ ਸਾਹਿਬਾਨ ਦੇ ਸਵਈਏ, ਮੁੱਖ ਵਾਕ ਸਵਈਏ, ਸਲੋਕ ਵਾਰਾਂ ਤੇ ਵਧੀਕ, ਆਪਾਂ ਰਾਗ ਵਾਲਾ ਤੱਕ ਪਹੁੰਚਣੇ ਆ ਪਿਆਰੇ। ਉਹ ਸਾਰੀ ਬਾਣੀ ਜਿਹੜੀ ਇਸ ਤੋਂ ਬਾਅਦ ਉਹ ਰਾਗ ਮੁਕਤ ਹੈ, ਪਰ ਗਾਈ ਕਿਸੇ ਵੀ ਰਾਗ ਵਿੱਚ ਸਕਦੀ ਹੈ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਲੋਕ ਸੰਸਕ੍ਰਿਤੀ, ਇਸ ਸੰਬੰਧੀ ਥੋੜ੍ਹੀ ਜਿਹੀ ਅਰਜ਼ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ। ਵਿਦਵਾਨ ਪੁਰਸ਼ ਕਹਿੰਦੇ ਆ ਕਿ ਸਤਿਗੁਰਾਂ ਨੇ 15 ਭਾਸ਼ਾਵਾਂ ਦੀ ਵਰਤੋਂ ਕੀਤੀ ਹੈ, ਜਿੰਨੀ ਕੋਈ ਖੋਜ ਕਰ ਰਿਹਾ ਪਰ ਉਹ ਐਂਡ ਨਹੀਂ ਕਹਿ ਰਹੇ। 15 ਭਾਸ਼ਾਵਾਂ ਦੇ ਤਕਰੀਬਨ ਸਾਨੂੰ ਬਚਨ ਸ਼ਬਦ ਮਿਲਦੇ ਆ। ਉਸ ਤੋਂ ਇਲਾਵਾ ਜਿਹੜੀ ਇਹ ਬਾਣੀ, ਇੱਕ ਤਾਂ ਇਹਦੀ ਉਥਾਨਕਾ ਹੈ, ਕਿਉਂਕਿ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਵਿਦਵਾਨ ਸਨ, ਸੰਪਰਦਾਇ ਵੀ ਜਾਂ ਪੁਰਾਣੇ ਟੀਕਾਕਾਰ ਇਹਦੀ ਦਿੰਦੇ ਨੇ ਭੂਮਿਕਾ, ਜਾਂ ਇਉਂ ਕਹਿ ਲਓ ਇਹਦੀ ਉਥਾਨਕਾ ਜਿਹੜੀ ਦਿੱਤੀ ਜਾਂਦੀ ਹੈ। ਇਸ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਕਾਸ਼ੀ ਗਏ ਆ ਤੇ ਉੱਥੋਂ ਦੇ ਵਿਦਵਾਨ ਪੰਡਿਤ ਗੋਪਾਲ ਦੱਤ ਨੂੰ ਸਤਿਗੁਰਾਂ ਨੇ ਸਮਤ ਦਿੱਤੀ ਸੀ। ਧਿਆਨ ਨਾਲ ਸੁਣਿਓ ਥੋੜ੍ਹੀ ਜਿਹੀ ਬੇਨਤੀ। ਇਹ ਵੀ ਕਿਹਾ ਜਾਂਦਾ ਗੋਪਾਲ ਦੱਤ ਦਾ ਜਿਹੜਾ ਦਾਦਾ ਸੀ ਬਿਸ਼ਨ ਦੱਤ, ਉਹ ਅਸਲ 'ਚ ਕਿਸੇ ਬੰਦਗੀ ਵਾਲੀ ਰੂਹ ਦਾ ਸਰਾਪਿਆ ਹੋਇਆ, ਸ਼ਬਦ ਵਰਤਾਂਗਾ ਕਿ ਉਹਨੂੰ ਇਉਂ ਸਮਝ ਲਓ ਟੇਢੀ ਮੇਢੀ ਜੂਨ ਕਈ ਕੂਕਰ ਦਾ ਜ਼ਿਕਰ ਕੀਤਾ ਜਾਂਦਾ ਹੈ।
ਪਰ ਸੱਚ ਇਹ ਵੇ ਕਿ ਕਿਸੇ ਬੰਦਗੀ ਵਾਲੀ ਰੂਹ ਦੇ ਕੋਲ ਆਪਣੇ ਗਿਆਨ ਨੂੰ ਝਾੜੀ ਜਾਂਦਾ ਸੀ। ਉਹਨਾਂ ਨੇ ਕੋਈ ਜ਼ਬਾਨ ਤੋਂ ਸੁੱਤੇ ਸਿੱਧ ਸ਼ਬਦ ਕਹਿ ਦਿੱਤਾ ਅਤੇ ਉਸਨੂੰ ਭੋਗਣਾ ਪਿਆ ਸੀ। ਇਹ ਜਿਹੜੇ ਚਾਰ ਸ਼ਲੋਕ ਨੇ ਗੁਰੂ ਨਾਨਕ ਸਾਹਿਬ ਦੇ ਆਰੰਭ ਵਿੱਚ ਪੜ ਪੁਸਤਕ ਸੰਧਿਆ ਬਾਦਨ ਇਸ ਆਸਾ ਕੀ ਵਾਰ ਵਿੱਚ ਵੀ ਹੁੰਦੇ ਨੇ। ਸਾਡੇ ਪੁਰਾਤਨ ਬਜ਼ੁਰਗ ਇਹ ਕਹਿੰਦੇ ਆ ਵੀ ਇਹ ਚਾਰ ਸ਼ਲੋਕ ਸਤਿਗੁਰਾਂ ਨੇ ਪੰਡਿਤ ਗੋਪਾਲ ਦੱਤ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ ਸਨ। ਇਸ ਦੇ ਅੱਗੇ ਪੋਤੇ ਹੋਏ ਨੇ ਕ੍ਰਿਸ਼ਨ ਲਾਲ ਤੇ ਖਰੀ ਲਾਲ। ਇਹ ਦੋਨੋਂ ਆਪਣੇ ਦਾਦੇ ਦੀ ਤਰ੍ਹਾਂ ਤੁਰੰਤਰ ਵਿਦਵਾਨ ਸਨ, ਪਰ ਇਹਨਾਂ ਦੇ ਅੰਦਰ ਨੂੰ ਟਿਕਾ ਨਹੀਂ ਸੀ ਮਿਲਦਾ। ਕੱਲ ਵੀ ਅਰਜ਼ ਕੀਤੀ, ਵਿਦਿਆ ਹੋਣੀ ਹੋਰ ਚੀਜ਼ ਹੈ ਤੇ ਮਨ ਦਾ ਟਿਕਾ ਹੋ ਜਾਣਾ ਹੋਰ ਚੀਜ਼ ਹੈ। ਕਈ ਵਾਰੀ ਜ਼ਿਆਦਾ ਵਿਦਿਆ ਪੜ੍ਹ ਕੇ ਵੀ ਬੰਦਾ ਜਿਹੜਾ ਉਹ ਕਮਲਿਆਂ ਦੀ ਤਰ੍ਹਾਂ ਕਲਪੀ ਜਾਂਦਾ ਹੈ। ਪਿਛਲੇ ਦਿਨੀ ਕਹਿਲਗਿਰੀ ਮੈਂ ਕਿਹਾ, ਇੱਕ ਪਾਸੇ ਗੁਰਬਾਣੀ ਧਰਮ ਗ੍ਰੰਥ ਦਾ ਬਹੁਤ ਅਦਬ ਕਰਦੀ। ਮਹਾਰਾਜ ਇੱਥੇ ਬਚਨ ਕਹਿੰਦੇ ਆ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਪਰ ਜੇ ਨਾਮ ਕੋਈ ਨਹੀਂ, ਸਿਮਰਨ ਕੋਈ ਨਹੀਂ ਤੇ ਅਕਲ ਦੇ ਘੋੜੇ ਦੌੜਾ ਰਹੇ ਹਾਂ। ਮੈਂ ਕਿਸੇ ਬਿਲਕੁਲ ਕਿਸੇ ਨੂੰ ਲਾ ਕੇ ਨਹੀਂ, ਆਪਣੇ ਮਨ ਨੂੰ ਕਹਿ ਰਿਹਾ। ਸਿਰਫ ਅਕਲ ਦੇ ਘੋੜੇ ਚਰਚਾ ਹਰ ਥਾਂ ਤੇ ਸਿੰਘ ਪਸਾਈ ਜਾਣੇ। ਤੇ ਗੁਰੂ ਸਾਹਿਬ ਕਹਿੰਦੇ ਨੇ, ਬੰਦਾ ਆਪਣੀ ਦਿਮਾਗੀ ਆਪਣੇ ਬ੍ਰੇਨ ਦੇ ਜ਼ੋਰ ਨਾਲ ਧਰਮ ਗ੍ਰੰਥ ਚੇਤੇ ਕਰ ਸਕਦਾ ਹੈ, ਧਰਮ ਗ੍ਰੰਥ ਕੰਠਸਥ ਹੋ ਸਕਦੇ ਨੇ, ਪਰ ਜੇ ਉਸ ਬੰਦੇ ਨੇ ਸਿਮਰਨ ਨਹੀਂ ਕੀਤਾ, ਰੂਹਾਨੀ ਉਹਨੂੰ ਛੋਹ ਨਹੀਂ ਮਿਲੀ, ਉਹਦੇ ਧਰਮ ਗ੍ਰੰਥ ਯਾਦ ਕਰਨੇ ਇਸ ਤਰ੍ਹਾਂ ਨੇ ਜਿਵੇਂ ਖੋਤੇ ਦੇ ਉੱਤੇ ਕਿਸੇ ਨੇ ਚੰਦਨ ਦਾ ਭਾਰ ਲਾ ਦਿੱਤਾ ਹੋਵੇ। ਵੇਖੋ, ਧਰਮ ਗ੍ਰੰਥ ਦਾ ਇੱਕ ਪਾਸੇ ਅਦਬ ਹੈ। ਮਹਾਰਾਜ ਜੀ ਦਾ ਬਚਨ ਹੈ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ। ਸ਼ਬਦ ਆਰੰਭ ਜਦੋਂ ਅਸੀਂ ਪੜ੍ਹਨੇ ਆ, ਪੰਡਿਆ ਕਵਨ ਕੁਮਾ ਤੁਮ ਲਾਗੇ, ਵਿਦਵਾਨ ਨੂੰ ਸ਼ਬਦ ਕਹਿਣਾ ਤੂੰ ਭੈੜੀ ਮਤ ਪਿੱਛੇ ਪੈ ਗਿਆ, ਪੜ੍ਹ ਤਾਂ ਰਿਹਾ। ਪੰਡਿਆ ਕਵਨ ਕੁਮਤ ਤੁਮ ਲਾਗੇ, ਪੰਡਿਆ ਦਾ ਅਰਥ ਇੱਥੇ ਵਿਦਵਾਨ ਕਰਾਂਗੇ, ਪੰਡਿਤ। ਪੰਡਿਆ ਕਵਨ ਕੁਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਉਂ, ਕਿਉਂ ਜੀ ਰਾਮ ਨਾ ਜਪੋ ਅਭਾਗੇ। ਅਭਾਗੇ ਉਹ ਬਦਕਿਸਮਤ ਬੰਦਿਆ, ਤੂੰ ਵਿਧਵਤਾ ਬਹੁਤ ਇਕੱਠੀ ਕੀਤੀ ਪਰ ਇੱਕ ਦਿਨ ਵੀ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਉਸ ਤੋਂ ਬਾਅਦ ਮਹਾਰਾਜ ਅੱਗੇ ਬਚਨ ਕਰਦੇ ਆ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸੁਭਾਰਾ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਬਖਸ਼ਿਸ਼ ਕੀਤੀ, ਕਿਉਂਕਿ ਮੈਂ ਉਸ ਉਥਾਨਕਾ ਨੂੰ ਇਗਨੋਰ ਨਹੀਂ ਕਰਾਂਗੇ। ਆਪਾਂ ਜਿਹੜੇ ਬਜ਼ੁਰਗਾਂ ਨੇ ਆਖਰ ਬੜੀ ਬਾਣੀ ਜਿਹੜੀ ਪ੍ਰਥਾਏ ਉਚਾਰਨ ਕੀਤੀ ਗਈ, ਉਹ ਫਿਰ ਕਹਿੰਦੇ ਨੇ ਉਸ ਕ੍ਰਿਸ਼ਨ ਲਾਲ ਤੇ ਖਰੀ ਲਾਲ ਜੋ ਨੇ ਉਹ ਵਿਦਵਾਨ ਬੜੇ ਨੇ ਪਰ ਮਨ ਦਾ ਟਿਕਾ ਨਹੀਂ ਸੀ। ਫਿਰ ਉਹਨਾਂ ਨੇ ਆਪਣੇ ਬਜ਼ੁਰਗ ਦਾ ਜਿਹੜਾ ਪੁਸਤਕਾਲਿਆ ਸੀ ਜਿੱਥੇ ਉਹਨਾਂ ਦੇ ਗ੍ਰੰਥ ਸਨ, ਫੋਲਾ ਫੁਲਾਈ ਕਰਦਿਆਂ ਕਿਹਾ ਜਾਂਦਾ ਸ਼ਬਦ ਵਰਤਿਆ, ਉਹਨਾਂ ਨੂੰ ਇਹ ਚਾਰ ਸ਼ਲੋਕ ਲਿਖੇ ਹੋਏ ਮਿਲੇ ਪਰ ਪੁਸਤਕ ਸੰਧਿਆ ਬਾਗਨ ਜਿਹੜੇ ਬਾਦੰਗ ਵਾਲੇ ਨੇ। ਉਹਨਾਂ ਨੇ ਪਾਠ ਕੀਤਾ, ਸੱਚੀ ਮੁੱਚੀ ਅੰਦਰ ਨੂੰ ਟਿਕਾ ਮਿਲ ਗਿਆ, ਕਿਉਂਕਿ ਬਾਣੀ ਵਿੱਚ ਬਾਣੀ ਦਾ ਉਚਾਰਨ ਕਰਤਾ ਉਹਦੀ ਆਪਾ ਸਮਾਇਆ ਹੋਇਆ ਹੈ। ਫਿਰ ਅਰਜ਼ ਹੈ, ਇਹ ਕੇਵਲ ਅੱਖਰ ਨਹੀਂ, ਅੱਖਰ ਜ਼ਰੂਰ ਨੇ ਪਰ ਅੱਖਰਾਂ ਦੇ ਉਚਾਰਨ ਕਰਤੇ ਦਾ ਆਪਣਾ ਆਪਾ ਉਹਦੇ ਵਿੱਚ ਸਮਾਇਆ ਹੈ। ਉਹਨਾਂ ਨੇ ਸੁਣਿਆ, ਅੰਦਰ ਨੂੰ ਟਿਕਾ ਮਿਲ ਗਿਆ, ਉਹ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਆਏ। ਉੱਥੇ ਫਿਰ ਸਾਡਾ ਇਤਿਹਾਸ ਕਹਿੰਦਾ ਹੈ ਪੁਰਾਤਨ ਵੀ ਸਤਿਗੁਰਾਂ ਨੇ ਉਹਨਾਂ ਦੋਨਾਂ ਨੂੰ ਸਮਤ ਦੇਣ ਦੇ ਵਾਸਤੇ
ਇਹ ਜਿਹੜੀ ਬਾਣੀ ਹੈ, ਇਹ ਸਲੋਕ ਜਿਹੜੇ ਸੰਸਕ੍ਰਿਤੀ ਹੈ, ਇਹ ਸਤਿਗੁਰਾਂ ਨੇ ਉਚਾਰਨ ਕੀਤੀ ਹੈ। ਪਰ ਇਹ ਗੱਲ ਹੋਰ ਯਾਦ ਰੱਖਿਓ ਗੁਰਮੁਖੋ, ਭਾਵੇਂ ਕਿਸੇ ਦੇ ਪ੍ਰਥਾਏ ਸ਼ਬਦ ਕਿਹਾ ਗੁਰੂ ਗ੍ਰੰਥ ਸਾਹਿਬ 'ਚ, ਉਹ ਸ਼ਬਦ ਰਹਿੰਦੀ ਦੁਨੀਆ ਤੱਕ ਹਰ ਬੰਦੇ ਦਾ ਹੀ ਭਲਾ ਕਰੇਗਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ, ਉਹ ਸਾਰੇ ਜਹਾਨ ਵਾਸਤੇ ਹੀ ਸਾਂਝੀ ਹੈ ਜੋ ਪ੍ਰਥਾਏ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਤਾਂ ਬਹੁਤ ਸ਼ਬਦ ਪ੍ਰਥਾਏ ਨੇ। ਮੈਂ ਪਿਛਲੇ ਸਾਲਾਂ 'ਚ ਅਰਜ਼ ਕੀਤੀ ਸੀ, ਹੁਣ ਆਹ ਜਿਹੜਾ ਸ਼ਬਦ ਹੈ ਮਹਾਰਾਜ ਜੀ ਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨਵੇ ਲਾਲੋ। ਪ੍ਰਥਾਈ ਸ਼ਬਦ ਹੈ ਨਾ, ਸੁਲੀ ਤੇ ਨਾਰਾਇਣ ਰਾਖ, ਇਹ ਵੀ ਤੇ ਪ੍ਰਥਾਈ ਹੋ ਗਿਆ ਸੁਲੀ ਦੀ ਮੌਤ ਤੋਂ ਬਾਅਦ। ਬਹੁਤ ਸਾਰੇ ਸ਼ਬਦ ਐਸੇ ਨੇ, ਖੈਰ ਉਹ ਸ਼ਬਦ ਭਾਵੇਂ ਸਮਾਂ ਲੰਘ ਚੁੱਕਾ, ਘਟਨਾਵਾਂ ਵਾਪਰੀਆਂ ਨੂੰ ਸਦੀਆਂ ਹੋ ਚੁੱਕੀਆਂ ਨੇ, ਪਰ ਗੁਰਮੁਖੋ ਇਤਿਹਾਸਕ ਘਟਨਾ ਦਾ ਜ਼ਿਕਰ ਕਰਦਿਆਂ ਵੀ ਉਹ ਸ਼ਬਦ ਜਿਹੜੇ ਨੇ ਰੁਖਾਨੀਅਤ ਦੇ ਨਾਲ ਭਰਪੂਰ ਨੇ। ਇਹ ਨਹੀਂ ਕਿ ਕੇਵਲ ਇਤਿਹਾਸ ਫੋਕਾ ਉਹ ਚੈਪਟਰ ਖਤਮ ਹੋ ਗਿਆ, ਉਸ ਵਿੱਚੋਂ ਬਖਸ਼ਿਸ਼ ਵਰਦੀ ਹੈ। ਇੱਥੇ ਜੋ ਸਤਿਗੁਰਾਂ ਨੇ ਸ਼ਬਦ ਵਰਤੇ ਨੇ, ਇੱਕ ਤਾਂ ਹੈ ਸਲੋਕ। ਸਲੋਕ ਦਾ ਲਫ਼ਜ਼ੀ ਅਰਥ ਹੁੰਦਾ ਸਿਫਤ, ਵਡਿਆਈ ਕਰਨੀ। ਜੇ ਅੱਖਰੀ ਅਰਥ ਦੇਖੀਏ ਅੱਗੇ ਹੈ ਜੀ, ਮਹਾਰਾਜ ਨੇ ਸ਼ਬਦ ਵਰਤਿਆ ਸੰਸਕ੍ਰਿਤੀ। ਅਸੀਂ ਚਲੋ ਆਮ ਤੌਰ 'ਤੇ ਸੰਸਕ੍ਰਿਤ ਸ਼ਬਦ ਵੀ ਕਹਿ ਲੈਂਦੇ ਹਾਂ, ਪਰ ਉਂਝ ਇਹ ਗੁਰਮੁਖੋ ਸੰਸਕ੍ਰਿਤ ਨਹੀਂ ਹੈਗੀ। ਫਿਰ ਬੇਨਤੀ ਹੈ ਸੰਸਕ੍ਰਿਤੀ, ਪਹਿਲਾਂ ਮੈਂ ਕਿਹਾ ਅੱਜ ਸੱਜਣ ਇਹ ਵੀ ਪਾਠ ਕਰਦੇ ਆ ਸੰਸਕ੍ਰਿਤੀ, ਸੰਸਕ੍ਰਿਤੀ ਅਸਲ 'ਚ ਜਿਹੜੀ ਇਹ ਬਾਣੀ ਹੈ, ਇਹ ਪਾਲੀ, ਜਿਹੜੇ ਭਾਸ਼ਾ ਨੂੰ ਸਮਝਦੇ ਵਿਦਵਾਨ ਜੋ ਕਹਿੰਦੇ ਪਾਲੀ ਮਹਾਤਮਾ ਬੁੱਧ ਜੀ ਬੁੱਧ ਬੋਧੀਆਂ ਦੀ ਬੋਲੀ, ਪਾਲੀ ਪ੍ਰਾਕਿਰਤ ਅਤੇ ਅਪਭ੍ਰੰਸ਼, ਉਹਦਾ ਮਿਲਾ ਹੈ, ਉਹ ਸਾਰੇ ਸ਼ਬਦ ਇਕੱਠੇ ਨੇ, ਪਰ ਇਹਦੇ ਵਿੱਚ ਸੰਸਕ੍ਰਿਤ ਦੇ ਸ਼ਬਦ ਜ਼ਰੂਰ ਆਉਂਦੇ ਨੇ, ਲਫ਼ਜ਼ ਜ਼ਰੂਰ ਆਉਂਦੇ ਨੇ, ਪਰ ਇਹ ਬਾਣੀ ਸੰਸਕ੍ਰਿਤ ਨਹੀਂ। ਅਰਜ਼ ਹੈ ਇਹਨੂੰ ਸਤਿਗੁਰਾਂ ਨੇ ਜਿਹੜਾ ਨਾਮ ਦਿੱਤਾ ਹੈ, ਅਸੀਂ ਹੁਣੇ ਇਹਦੇ ਅਰਥ ਸ਼ੁਰੂ ਕਰਾਂਗੇ। ਇਹ ਉਸ ਵਕਤ ਜਿਹੜੀ ਇਹ ਬੋਲੀ ਸੀ ਨਾ ਜੀ, ਸਭ ਤੋਂ ਪਹਿਲਾਂ ਇਹ ਨਾਥਾਂ ਦੇ, ਸਿੱਧਾਂ ਦੇ ਅਤੇ ਸੰਤਾਂ ਦੇ ਡੇਰਿਆਂ 'ਤੇ ਵਰਤੀ ਜਾਂਦੀ। ਮੈਂ ਪੁਰਾਣੀ ਗੱਲ ਕਰ ਰਿਹਾ, ਹੁਣ ਸਤਿਗੁਰਾਂ ਨੇ ਕੀ ਕੀਤਾ, ਜਿਹੜੀ ਬੋਲੀ ਇਹ ਬੋਲੀ ਜਾ ਰਹੀ ਸੀ, ਲੋਕ ਬੋਲੀ ਕਹੋ, ਕਿਉਂਕਿ ਕਈ ਵਾਰੀ ਜਿਹੜੀ ਲਟਰੇਰੀ ਬੋਲੀ ਹੁੰਦੀ ਹੈ ਨਾ, ਬੋਲਣ ਵਾਲੇ ਬੰਦੇ ਘੱਟ ਰਹਿ ਜਾਂਦੇ ਆ, ਉਹ ਐਸਤਾ ਅਲੋਪ ਹੋ ਜਾਂਦੀ ਹੈ, ਅਤੇ ਜਿਹੜੀ ਲੋਕ ਬੋਲੀ ਉਹ ਰਾਣੀ ਬਣ ਕੇ ਫਿਰ ਰਾਜ ਕਰਨ ਲੱਗ ਪੈਂਦੀ ਹੈ। ਫਿਰ ਇਸ ਬੇਨਤੀ ਨੂੰ, ਜਿਹੜੀ ਬੋਲੀ ਬੋਲੀ ਜਾਂਦੀ ਹੈ ਸਾਹਿਤਕ, ਸਮਾਂ ਪਾ ਕੇ ਹੁਣ ਮੈਂ ਬੇਨਤੀ ਕੀਤਾ, ਹਿੰਦੁਸਤਾਨ ਵਿੱਚ ਤਕਰੀਬਨ ਪਿਛਲੇ ਦਿਨੀ ਸਰਵੇ ਕੀਤਾ ਜੀ, ਕਹਿੰਦੇ ਨੇ 27,000 ਬੰਦੇ ਨੇ ਜਿਹੜੇ ਸਿਰਫ ਸੰਸਕ੍ਰਿਤ ਬੋਲ ਸਕਦੇ ਆ, ਜਿਹੜੇ ਵਿਚਾਰ ਸਕਦੇ ਆ। ਪਰ ਸਮੇਂ ਦੇ ਨਾਲ ਦੇਖੋ, ਕਦੀ ਉੱਤੇ ਸੰਸਕ੍ਰਿਤ ਬੋਲੀ ਜਾਂਦੀ ਸੀ, ਅੱਜ ਉਹ ਅਲੋਪ ਹੋ ਚੱਲੀ ਹੈ। ਅਤੇ ਇਹ ਵੀ ਸੱਚ ਹੈ ਕਿ ਸਤਿਗੁਰਾਂ ਨੇ ਕਿਰਪਾ ਕੀਤੀ, ਸਾਨੂੰ ਗੁਰਮੁਖੀ ਲਿਪੀ ਦੇ ਦਿੱਤੀ। ਭਾਸ਼ਾਵਾਂ ਮੈਂ ਅਰਜ਼ ਕੀਤੀਆਂ, ਬਹੁਤ ਸਤਿਗੁਰਾਂ ਨੇ ਵਰਤੀਆਂ। ਜਿਹੜੀ ਬੋਲੀ ਬੋਲਣ ਵਿੱਚ ਬੰਦ ਹੋ ਜਾਏ, ਐਸਤਾ ਉਸ ਬੋਲੀ ਦਾ ਪਤਨ ਹੋ ਜਾਂਦਾ ਹੈ। ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਜਿਹੜੀਆਂ ਬੋਲੀਆਂ ਪਤਨ ਵਾਲੇ ਪਾਸੇ ਜਾ ਰਹੀਆਂ ਨੇ, ਵਿਦਵਾਨ ਕਹਿੰਦੇ ਉਹਦੇ ਵਿੱਚ ਪੰਜਾਬੀ ਵੀ ਲੈਣ ਵਿੱਚ ਲੱਗੀ ਹੋਈ ਹੈ, ਜਿਹੜੀਆਂ ਪਤਨ ਵੱਲ ਜਾ ਰਹੀਆਂ ਨੇ। ਕਿਉਂਕਿ ਆਪਾਂ ਝਾਤੀ ਮਾਰ ਲਈ, ਆਪਣੇ ਬੱਚੇ ਜਾਂ ਸਾਡੇ ਉੱਥੇ ਲੋਕ ਕਿੰਨੇ ਕੁ ਬੋਲ ਰਹੇ, ਬੋਲੀ ਉਹੀ ਹੈ ਜਿਹੜੀ ਰੋਜ਼ਮਰਾ ਬੋਲੀ ਜਾਏ। ਇੱਥੇ ਸਤਿਗੁਰਾਂ ਨੇ ਜਿਹੜੀ ਇਹ ਭਾਸ਼ਾ ਵਰਤੀ, ਜਿਹੜੀ ਆਮ ਸਾਧਾਂ ਦੇ ਡੇਰਿਆਂ 'ਤੇ ਵਰਤੀ ਜਾਂਦੀ ਸੀ, ਉਹਨਾਂ ਨੂੰ ਸਮੱਤ ਦੇਣ ਵਾਸਤੇ, ਇਹ ਦੋਨੋਂ ਪੰਡਿਤ ਜਿਹੜੇ ਵਿਦਵਾਨ ਨੇ,
ਇਹਨਾਂ ਨੂੰ ਸਤਿਗੁਰੂ ਨੇ ਮੁਖਾਤਬ ਕੀਤਾ, ਪਰ ਮੈਂ ਅਰਜ਼ ਕੀਤੀ ਇਹ ਬਾਣੀ ਜੋ ਹੈ ਸਾਡੀ ਸਮੁੱਚੀ ਮਾਨਵਤਾ ਵਾਸਤੇ ਹੈ। ਮਹਾਰਾਜ ਜੀ ਨੇ ਸਲੋਕ ਦਾ ਅਰਥ ਮੈਂ ਕੀਤਾ ਜੀ, ਸਿਫਤ ਵਡਿਆਈ ਸੰਸਕ੍ਰਿਤੀ, ਇਹ ਭਾਸ਼ਾ ਸ਼ਬਦ ਵਰਤ ਲਈਏ ਜੀ, ਇਹਦੇ ਨਾਲ ਹੀ ਗਾਥਾ ਆਉਂਦੀ ਅੱਗੇ। ਗਾਥਾ ਵੀ ਇੱਕ ਭਾਸ਼ਾ, ਉਂਝ ਵੈਸੇ ਗਾਥਾ ਦਾ ਅਰਥ ਕਹਾਣੀ ਹੁੰਦਾ ਹੈ ਨਾ। ਇੱਥੇ ਫਿਰ ਮਹਾਰਾਜ ਨੇ ਸ਼ਬਦ ਵਰਤਿਆ ਮਹੱਲਾ ਪੰਜਵਾਂ। ਇਹ ਪੰਜਵੇਂ ਸਤਿਗੁਰੂ ਜੀ ਉਹਨਾਂ ਨੇ ਆਪਣੀ ਰਚਨਾ ਤੋਂ ਬਾਣੀ ਉਚਾਰਨ ਕੀਤੀ ਹੈ। ਉਸ ਤੋਂ ਬਾਅਦ ਸਤਿਗੁਰਾਂ ਨੇ ਮੰਗਲ ਰੱਖਿਆ ਹੈ, ਉਹ ਜਿਹੜਾ ਸੀ ਤਕਰੀਬਨ ਇਹਦੇ ਅਰਥ ਕਰਦੇ ਵੀ ਰਹੇ ਪਿੱਛੇ, ਪਰ ਲੜੀਵਾਰ ਹੈ, ਅਰਥ ਕਰਨੇ ਜ਼ਰੂਰੀ ਨੇ। ਸਭ ਤੋਂ ਪਹਿਲਾਂ ਹੈ ਇੱਕ ਓਅੰਕਾਰ, ਸਿੱਧਾ ਪਾਠ ਇੱਕ ਓਅੰਕਾਰ। ਇਹਦੇ ਅਰਥ ਕੀਤੇ ਜਾਂਦੇ ਆ ਇੱਕ ਪਰਮਾਤਮਾ ਅਦੁੱਤੀ, ਇੱਕ ਰਸ ਸਾਰੀਆਂ ਥਾਵਾਂ 'ਤੇ ਜਿਹੜਾ ਵਿਆਪਕ ਹੈ। ਫਿਰ ਬੇਨਤੀ, ਇਹ ਮੈਂ ਪਿਛਲੇ ਸਾਲਾਂ ਵਿੱਚ ਕਿਹਾ ਸਤਿਗੁਰਾਂ ਨੇ ਇੱਕ ਜਿਹੜਾ ਹੈ ਇਹ ਹਿੰਦਸੇ ਵਾਲਾ ਵਰਤਿਆ। ਫਿਰ ਅਰਜ਼ ਕਹਿ ਅੰਕ ਕਹਿ ਲਈਏ ਹੈ ਨਾ, ਓਅੰਕਾਰ ਤਿੰਨ ਹਿੱਸਿਆਂ ਵਿੱਚ ਪੜ੍ਹਨੇ ਆ ਇੱਕ ਓਅੰਕਾਰ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਓਮ ਸ਼ਬਦ ਜੋ ਹੈ ਬੜਾ ਪੁਰਾਤਨ ਵਰਤਿਆ ਜਾ ਰਿਹਾ ਹੈ, ਓਅੰਕਾਰ ਸ਼ਬਦ ਵੀ ਪੁਰਾਤਨ ਵਰਤਿਆ ਜਾ ਰਿਹਾ ਹੈ। ਚਲੋ ਹੈ ਤਾਂ ਧੁਨੀ ਨਾ ਜਿਹੜਾ ਓਮ ਹੈ, ਪਰ ਪਿਛਲੇ ਸਮੇਂ 'ਚ ਜਿਹੜਾ ਸ਼ਬਦ ਓਮ ਹੈ ਇਹਦੇ ਅਰਥ ਸੈਂਕੜੇ ਕੀਤੇ ਗਏ ਆ, ਓਅੰਕਾਰ ਦੇ ਅਰਥ ਵੀ ਕੀਤੇ। ਇੱਥੋਂ ਤੱਕ ਭਾਰਤ ਵਿੱਚ ਇੱਕ ਮੰਦਰ ਹੈ ਉੱਥੇ ਸ਼ਿਵਲਿੰਗ ਹੀ ਅੰਦਰ, ਉਹਦਾ ਨਾਮ ਹੀ ਮੰਦਰ ਦਾ ਰੱਖਿਆ ਹੋਇਆ ਓਅੰਕਾਰੇਸ਼ਵਰ। ਇਹ ਮੱਧ ਪ੍ਰਦੇਸ਼ ਵਿੱਚ ਹੈ, ਨਰਮਦਾ ਦੇ ਕੰਢੇ ਦੇ ਉੱਤੇ ਹੈ ਓਅੰਕਾਰੇਸ਼ਵਰ। ਅਤੇ ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ ਉੱਥੇ ਸਤਿਗੁਰਾਂ ਨੇ ਰਾਮ ਕਲੀ ਦੱਖਣੀ ਓਅੰਕਾਰ ਦੀ ਬਾਣੀ ਉਚਾਰਨ ਕੀਤੀ ਹੈ। ਉਹ ਪੱਥਰ ਨੂੰ ਓਅੰਕਾਰ ਮੰਨਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਇੱਕ ਤਾਂ ਇੱਕ ਪਹਿਲਾਂ ਅੱਗੇ ਪਾ ਦਿੱਤਾ ਓਅੰਕਾਰ ਤੋਂ ਪਹਿਲਾਂ, ਕਿਉਂਕਿ ਜਿਹੜਾ ਓਮ ਦੀ ਧੁਨੀ ਹੈ ਨਾ ਜੀ, ਇਹ ਤਿੰਨ ਹਿੱਸਿਆਂ 'ਚ ਵੰਡੀ ਜਾਂਦੀ। ਪੁਰਾਣੇ ਲੋਕ ਵੰਡਦੇ ਸਨ ਐੜਾ ਊੜਾ ਅਤੇ ਮੰਮਾ ਓਮ, ਪਰ ਕਹਿੰਦੇ ਸਨ ਇਹ ਤਿੰਨ ਧੁਨੀਆਂ ਜਿਹੜੀਆਂ ਨੇ ਇਹ ਤਿੰਨ ਦੇਵਤਿਆਂ ਦੀ ਸੂਚਕ ਨੇ। ਫਿਰ ਲਵ ਸੁਣੋ, ਓਮ ਸ਼ਬਦ ਮੰਨਦੇ ਨੇ, ਧੁਨੀ ਮੰਨਦੇ ਨੇ, ਪਰ ਉਸ ਓਮ ਧੁਨੀ ਨੂੰ ਤਿੰਨ ਦੇਵਤਿਆਂ ਨਾਲ ਜੋੜ ਕੇ ਅਰਥ ਕੀਤੇ ਜਾਂਦੇ ਨੇ, ਬ੍ਰਹਮਾ ਵਿਸ਼ਨ ਮਹੇਸ਼। ਸਤਿਗੁਰਾਂ ਨੇ ਕਿਰਪਾ ਕੀਤੀ ਜੀ, ਉਹਨਾਂ ਨੇ ਓਅੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾ ਦਿੱਤਾ, ਅਤੇ ਇਹ ਵੀ ਬਖਸ਼ਿਸ਼ ਕੀਤੀ ਇੱਕ ਉਹਨਾਂ ਨੇ ਹਿੰਦਸੇ 'ਚ ਮੈਂ ਸ਼ਬਦ ਵਰਤਿਆ ਅੰਕ ਵਾਲਾ ਵਰਤਿਆ, ਹਾਲਾਂਕਿ ਅੱਖਰਾਂ ਵਿੱਚ ਈੜੀ ਸਿਹਾਰੀ ਕੱਕਾ ਇਹ ਗੁਰੂ ਗ੍ਰੰਥ ਸਾਹਿਬ 'ਚ ਬੜੀ ਵਾਰੀ ਬਚਨ ਆਇਆ, ਪਰ ਸਤਿਗੁਰਾਂ ਨੇ ਕਿਉਂ, ਵਿਦਵਾਨ ਪੁਰਸ਼ ਕਹਿੰਦੇ ਨੇ ਕਿ ਇਹ ਮੈਂ ਇੱਕ ਵਾਰੀ ਕਥਾ ਕਰ ਚੁੱਕਾ ਪਰ ਅੱਜ ਸ਼ਬਦ ਫਿਰ ਆ ਗਿਆ, ਰਿਪੀਟ ਹੋ ਜਾਣਗੇ ਅਰਥ। ਜਿਹੜੇ ਸ਼ਬਦ ਹੁੰਦੇ ਨੇ ਨਾ ਅੱਖਰਾਂ ਦਾ ਜੋੜ ਸ਼ਬਦ, ਇਹ ਉਚਾਰਨ ਇੱਕ ਰੱਖਦੇ ਨੇ ਪਰ ਅਰਥ ਇੱਕ ਨਹੀਂ ਰੱਖਦੇ, ਅਰਥ ਬਦਲ ਜਾਂਦੇ ਨੇ। ਫਿਰ ਅਰਜ਼ ਹੈ, ਉਚਾਰਨ ਇੱਕ ਹੈ ਪਰ ਅਰਥ ਇੱਕ ਨਹੀਂ। ਇੱਕ ਵਾਰ ਦਾਸ ਨੇ ਉਦਾਹਰਣ ਦਿੱਤੀ ਸੀ ਵੀ ਭਗ ਸ਼ਬਦ ਹੈ ਭਗਤ, ਭੱਬਾ ਗੱਗਾ ਤੱਤੇ ਹੀ ਪੜ੍ਹਾਂਗੇ ਨਾ ਭਗਤ, ਪਰ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਆ ਪਰ ਅਰਥ ਹਰ ਥਾਂ 'ਤੇ ਭਗਤ ਨਹੀਂ ਆਉਣਾ, ਬੰਦਗੀ ਵਾਲਾ ਨਹੀਂ ਆਉਣਾ। ਜਿਵੇਂ ਅਸੀਂ ਪਾਠ ਕਰਨੇ ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਸ਼ਬਦ ਭਗਤ ਹੈ। ਅੱਗੇ ਤੇਰੇ ਭਗਤ, ਤੇਰੇ ਭਗਤ, ਤੇਰੀ ਭਗਤ ਤੇ ਤੇਰੇ ਭਗਤ ਉਚਾਰਨ ਆਪਾਂ ਇੱਕੋ ਜਿਹਾ ਕਰ ਰਹੇ ਹਾਂ,
ਪਰ ਜਿਹੜੇ ਗੁਰਮੁਖ ਪਿਆਰੇ ਹਰ ਲਗ ਮਾਤਰ ਨੂੰ ਬੋਲਦੇ ਨੇ ਉਹ ਤੇਰੀ ਭਗਤ ਦੀ ਸਿਹਾਰੀ ਉਚਾਰਨ ਕਰਦੇ ਆ। ਮੇਰੀ ਅਰਜ਼ ਹੈ ਹੁਣ ਉੱਥੇ ਭਗਤ ਦਾ ਅਰਥ ਹੈ ਭਗਤੀ, ਤੇਰੀ ਭਗਤੀ, ਤੇ ਤੇਰੇ ਭਗਤ ਦਾ ਅਰਥ ਹੈ ਤੇਰੀ ਭਗਤੀ ਕਰਨ ਵਾਲੇ। ਫਿਰ ਅਰਜ਼ ਹੈ, ਫਿਰ ਇਹਨੂੰ ਥੋੜ੍ਹਾ ਸੌਖਾ ਸਮਝ ਲਾਂਗੇ ਆਪਾਂ। ਲਫ਼ਜ਼ ਹੈ ਘਰ, ਇਹ ਕੋਈ ਕਲਾਸ ਨਹੀਂ ਲੱਗੀ, ਮੇਰੀ ਬੇਨਤੀ ਸੀ ਜੀ, ਮੈਂ ਦਰਸ਼ਨ ਕਰਨੇ ਨੇ ਇਹ ਇਸ ਬਾਣੀ ਦੇ। ਮੈਂ ਚਾਹੁੰਦਾ, ਮੈਂ ਭਾਈ ਸਰਵਨ ਸਿੰਘ ਬੈਠੇ ਇਹਨਾਂ ਨੂੰ ਵੀ ਗੱਲ ਕੀਤੀ, ਮੈਂ ਚਾਹੁੰਦਾ ਕਿ ਇਸ ਬਾਣੀ ਨੂੰ ਸਤਿਗੁਰੂ ਮਿਹਰ ਕਰੇ, ਭਾਵਨਾ ਸੰਯੁਕਤ ਪੜ੍ਹ ਵੀ ਸਕਾਂ ਅਤੇ ਅਰਥ ਵੀ ਸੰਗਤ ਦੇ ਸਾਹਮਣੇ ਬੇਨਤੀ ਕਰ ਸਕਾਂ। ਦੇਖੋ ਹੁਣ ਜਿਹੜਾ ਇਹਨਾਂ ਤਿੰਨ ਹਿੱਸਿਆਂ 'ਚ ਵੰਡ ਦਿੱਤਾ, ਸ਼ਬਦ ਜਿਹੜਾ ਉਹ ਆਪਣਾ ਅਰਥ ਬਦਲ ਜਾਂਦਾ, ਬੰਦੇ ਸ਼ਬਦ ਦੇ ਅਰਥ ਬਹੁਤ ਬਦਲ ਜਾਂਦੇ ਆ। ਸ੍ਰੀ ਅਸਕੇਤ ਜਗਤ ਕੇ ਈਸਾ, ਅਗਲਿਆਂ ਨੇ ਅਰਥ ਕਰਕੇ ਈਸਾ ਮਸੀਹ ਦੇ ਬਣਾ ਦਿੱਤੇ, ਸ਼ਬਦ ਹੈ ਨਾ। ਪਰ ਜਦੋਂ ਸਤਿਗੁਰਾਂ ਨੇ ਓਅੰਕਾਰ ਤੋਂ ਪਹਿਲਾਂ ਇੱਕ ਪਾ ਦਿੱਤਾ, ਹਿੰਸੇ ਦਾ ਇੱਕ ਪਾ ਦਿੱਤਾ, ਮੈਥ ਵਿੱਚ ਗਿਣਤੀ ਅਰਥ ਨਹੀਂ ਬਦਲਦੀ, ਜੇ ਇੱਕ ਹੈ ਤੇ ਇੱਕ ਹੀ ਰਹੇਗਾ, ਇਹਦੇ ਅਰਥ ਨੂੰ ਕੋਈ ਨਹੀਂ ਬਦਲ ਸਕੇਗਾ। ਗੁਰੂ ਜੀ ਨੇ ਇੱਕ ਪਾ ਕੇ ਸਾਰਾ ਝੇੜਾ ਹੀ ਮੁਕਾ ਦਿੱਤਾ, ਇਹਨੂੰ ਦੋ ਤਿੰਨ ਚਾਰ ਦੇਵਤਿਆਂ ਨਾਲ ਮਤ ਜੋੜੋ, ਸਿਰਫ ਇੱਕ ਹੈ ਜਿਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ। ਫਿਰ ਅਰਜ਼ ਹੈ, ਹੁਣ ਆਪਾਂ ਇੱਕ ਦਿਨ ਕਿਹਾ ਸੀ ਜੀ ਇਹ ਵੀ ਜੇ ਅਰਥ ਕਰੀਏ ਪਰਮਾਤਮਾ ਇੱਕ ਹੈ, ਇਹ ਵੀ ਅਸੀਂ ਸ਼ਬਦ ਵਰਤਨੇ ਆ, ਪਰ ਇਸ ਧਰਤੀ ਦਾ ਸੂਰਜ ਵੀ ਤਾਂ ਇੱਕ ਹੈ ਨਾ, ਪਰ ਇਸ ਧਰਤੀ ਦਾ ਸੂਰਜ ਇੱਕ ਹੈ, ਬਾਕੀ ਪਤਾ ਨਹੀਂ ਕਿੰਨੇ ਕੁ ਸੂਰਜ ਨੇ। ਸੂਰਜ ਦੇ ਬਰਾਬਰ ਸੂਰਜ ਨੇ, ਸੂਰਜ ਤੋਂ ਕਈ ਗੁਣਾ ਵੱਡੇ ਸੂਰਜ ਨੇ, ਪਰ ਮੇਰੇ ਵਾਹਿਗੁਰੂ ਜੀ ਐਸੇ ਨਹੀਂ ਕਿ ਆ ਨਿੱਕਾ ਜਿਹਾ ਡਾਟ, ਨਿੱਕਾ ਜਿਹਾ ਬਿੰਦੂ ਹੈ ਸਾਡੀ ਧਰਤੀ ਬ੍ਰਹਿਮੰਡ ਵਿੱਚ, ਇਹਦੀ ਕੀਮਤ ਕੀ ਹੈ ਜੀ। ਹੁਣ ਤੇ ਬੱਚੇ ਜਿਹੜੇ ਸਾਇੰਸ ਵੱਲ ਸਾਰੇ ਜਾਣਦੇ ਆ, ਇਹਦੀ ਕੀ ਕੀਮਤ ਹੈ ਜਿੱਥੇ ਅਸੀਂ ਬੈਠੇ ਹਾਂ, ਨਿੱਕਾ ਜਿਹਾ ਇੱਕ ਬਿੰਦੂ ਹੈ, ਤੇ ਜ਼ਿਆਦਾ ਦੂਰ ਜਾਓ ਤੇ ਬਿੰਦੂ ਵੀ ਅਲੋਪ ਹੋ ਜਾਂਦਾ, ਇਹ ਤਾਂ ਦਿਸਣ 'ਚ ਵੀ ਨਹੀਂ ਆਉਂਦਾ। ਇੱਥੇ ਬੈਠਾ ਹੋਇਆ ਬੰਦਾ ਸਮਾਨ ਨੂੰ ਟਾਕੀਆਂ ਲਾਈ ਜਾਂਦਾ। ਹੁਣ ਇਸ ਧਰਤੀ ਦਾ ਸੂਰਜ ਇੱਕ ਹੈ, ਪਰ ਇਸ ਵਰਗੇ, ਇਸ ਤੋਂ ਵੱਡੇ ਕਈ ਗੁਣਾ ਸੂਰਜ ਨੇ, ਪਰ ਇਹ ਨਹੀਂ ਕਿ ਇਸ ਧਰਤੀ ਦਾ ਇੱਕ ਓਂਕਾਰ ਹੈ ਤੇ ਇਦੋਂ ਵੱਡੇ ਇੱਕ ਓਂਕਾਰ ਹੋਰ ਵੀ ਹੋਣਗੇ। ਇੱਕ ਦਾ ਮਤਲਬ ਸਿਰਫ ਇੱਕ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਬ੍ਰਹਿਮੰਡ ਕੋਟਾਂ ਨੇ, ਕੋਟ ਨੇ, ਪਰ ਠਾਕੁਰ ਕੋਟ ਕੋਈ ਨਹੀਂ। ਫਿਰ ਅਰਜ਼, ਇੱਕ ਓਂਕਾਰ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਮਹਾਰਾਜ ਕਹਿੰਦੇ ਨੇ ਇੱਕ ਹੈ ਸਿਰਫ, ਜਿਹਨੂੰ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ, ਦੂਜਾ ਦਾਤਾ ਕੋਈ ਨਹੀਂ ਜੀ ਇੱਥੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਿਹਨੂੰ ਵਾਰ ਵਾਰ ਸਤਿਗੁਰੂ ਕਹਿੰਦੇ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਜਾਂ ਅਸੀਂ ਪਾਠ ਕਰਨੇ ਏਕੋ ਜਪ ਏਕੋ ਸਲਾਹ ਹੈ। ਇੱਥੇ ਸਤਿਗੁਰਾਂ ਨੇ ਇੱਕ ਓਅੰਕਾਰ ਦੇ ਸਿੱਧੇ ਅਰਥ ਨੇ ਜੀ, ਪਾਰ ਬ੍ਰਹਮ ਪਰਮੇਸ਼ਵਰ ਇੱਕ ਰਸ ਸਰਬ ਵਿਆਪਕ ਅਦੁੱਤੀ, ਸਿੱਧੇ ਅਰਥ ਕਰ ਲਈ, ਜਿਸ ਵਰਗਾ ਹੋਰ ਦੁੱਤੀਆ ਦੂਜਾ ਕੋਈ ਨਹੀਂ। ਅੱਗੇ ਜੀ ਸਤ ਨਾਮ, ਜਿਸ ਦਾ ਨਾਮ ਸਤ ਹੈ, ਉਂਝ ਕਈ ਸੱਜਣ ਏਕੋ ਓਅੰਕਾਰ ਸਤ ਤੇ ਨਾਮ ਵੱਖਰੇ ਅਰਥ ਕਰਦੇ ਆ, ਪਰ ਬਾਣੀ 'ਚ ਦੋਨੋਂ ਪੱਖ ਆਏ ਆ, ਸਤ ਵੀ ਆਇਆ ਤੇ ਨਾਲ ਨਾਮ ਵੀ ਆਇਆ। ਮਹਾਰਾਜ ਜੀ ਨੇ ਇੱਥੇ ਫਰਮਾਇਆ ਇੱਕ ਓਅੰਕਾਰ, ਉਸ ਦੀ ਜਿਹੜੀ ਹਸਤੀ ਹੈ ਉਹਦਾ ਨਾਮ ਸਤ ਹੈ, ਉਹ ਸਤ ਹੈ। ਸਤ ਦਾ ਅਰਥ ਕੇਵਲ ਸੱਸਾ ਤੱਤਾ ਅਰਥ ਨਹੀਂ, ਸਤ ਦਾ ਮਤਲਬ ਇਉਂ ਕਰੀਏ
ਕਿ ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਏਕ ਓੰਕਾਰ ਤੇ ਉਹਦਾ ਨਾਮ ਉਹਦੇ ਸਮਾਇਆ ਹੈ। ਵਾਹਿਗੁਰੂ ਸ਼ਬਦ ਤਾਂ ਮਹਾਰਾਜ ਨੇ ਕਰਤਾਰਪੁਰ ਦਿੱਤਾ, ਗੋਬਿੰਦ ਗੋਪਾਲ ਗੋਵਰਧਨ ਮੁਰਾਰੀ ਇਹ ਭਾਰਤ ਵਰਤੇ ਗਏ, ਕਰੀਮ ਰਹੀਮ ਅੱਲਾ ਇਹ ਸਾਰੇ ਪੱਛਮ 'ਚ ਵਰਤੇ ਗਏ। ਜਦੋਂ ਇਹ ਸ਼ਬਦ ਵੀ ਨਹੀਂ ਸਨ ਗੁਰਮੁਖੋ ਉਦੋਂ ਵੀ ਸਤਨਾਮ ਸੀ। ਸਤਨਾਮ ਦਾ ਅਰਥ ਉਹਦੀ ਹੋਂਦ, ਜਿਹਨੂੰ ਆਪ ਰੋਜ਼ ਪੜ੍ਹਦੇ ਹੋ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ। ਬੇਨਤੀ ਹੈ ਉਹ ਇੱਕ ਉਹ ਸੱਤ ਹੈ, ਉਹ ਪੁਰਾਣਾ ਨਹੀਂ ਹੋਇਆ, ਅੱਜ ਵੀ ਹੈ, ਅਗਾਂਹ ਵੀ ਰਹੇਗਾ। ਅੱਗੇ ਫਿਰ ਸਤਿਗੁਰੂ ਬਖਸ਼ਿਸ਼ ਕਰ ਰਹੇ ਆ ਕਿ ਜਿਸ ਦਾ ਨਾਮ ਸੱਤ ਹੈ, ਅਤੇ ਗੁਰਮੁਖੋ ਸੱਤ ਨਾਮ ਜਿਹੜਾ ਹੈ, ਕੱਲ੍ਹ ਚਲੋ ਆਪਾਂ ਕੱਲ੍ਹ ਵੀ ਜਪਿਆ, ਗੁਰੂ ਸਾਹਿਬ ਦੇ ਵੇਲੇ ਜਪਦੇ ਸਨ ਜੀ ਭਾਈ ਗੁਰਦਾਸ ਸਾਹਿਬ ਨੇ, ਆਪਾਂ ਤਾਂ ਗੁਰਮੰਤਰ ਦੀ ਗੱਲ ਹੀ ਕਰਨੀ ਆ। ਭਾਈ ਸਾਹਿਬ ਕਹਿੰਦੇ ਸੱਤ ਰੂਪ ਸੱਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਸੱਤ ਰੂਪ ਸੱਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਅੱਗੇ ਫਿਰ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ ਮਹਾਰਾਜ ਜੀ ਨੇ। ਅਸੀਂ ਸਤਿਗੁਰੂ ਦਾ ਬਚਨ ਪੜ੍ਹਨੇ, ਜਪ ਮਨ ਸਤਨਾਮ ਸਦਾ ਸਤਨਾਮ, ਅਰਜ਼ ਹੈ ਉਸ ਦਾ ਨਾਮ ਸਤ। ਅੱਗੇ ਜੀ ਕਰਤਾ, ਹਰ ਚੀਜ਼ ਦਾ ਕਰਤਾ ਬਣਾਉਣ ਵਾਲੇ ਉਹ ਨੇ, ਉਹਨੇ ਕਿਰਤ ਕੀਤੀ। ਇੱਥੇ ਜੜ ਹੋਵੇ, ਚੇਤਨ ਹੋਵੇ, ਆਕਾਸ਼ ਜੋ ਕੁਛ ਵੀ ਹੈ, ਹਰ ਚੀਜ਼ ਦਾ ਕਰਤਾ ਜਿਹੜਾ ਉਹ ਇੱਕ ਓੰਕਾਰ ਹੈ। ਇੱਥੇ ਹੋਰ ਬੇਨਤੀ, ਅਖੀ ਜਿੰਨੇ ਵੀ ਅਰਥ ਕਰਾਂਗੇ ਨਾ ਅੱਗੇ, ਸਾਰੇ ਸ਼ਬਦਾਂ ਨਾਲ ਸਾਨੂੰ ਇੱਕ ਓੰਕਾਰ ਜੋੜ ਕੇ ਅਰਥ ਹੋਣਗੇ। ਫਿਰ ਅਰੀ ਸੁਣਿਓ, ਇੱਕ ਓੰਕਾਰ ਤੇ ਗੁਰਪ੍ਰਸਾਦ ਬਰਾਬਰ ਚੱਲਦੇ ਆ। ਜੇ ਸਤਨਾਮ ਹੈ ਤੇ ਤਾਂ ਵੀ ਗੁਰਪ੍ਰਸਾਦ ਚਾਹੀਦਾ, ਕਰਤੇ ਪੁਰਖ ਨੂੰ ਮਿਲਣਾ ਤਾਂ ਵੀ ਗੁਰਪ੍ਰਸਾਦ। ਇੱਕ ਓੰਕਾਰ ਸਤ ਹੈ, ਉਹਦਾ ਨਾਮ ਸਦੀਵੀ ਹੈ, ਇੱਕ ਓੰਕਾਰ ਕਰਤਾ ਹੈ, ਸਭ ਕੁਝ ਬਣਾਉਣ ਵਾਲੇ ਨੇ, ਇੱਕ ਓੰਕਾਰ ਪੁਰਖ। ਕਈ ਪੁਰਸ਼ ਅਰਥ ਕਰਦੇ, ਅਸੀਂ ਸਰਬ ਵਿਆਪਕ ਅਰਥ ਕਰਨੇ, ਇੱਕ ਓੰਕਾਰ ਸਰਬ ਵਿਆਪਕ ਹੈ, ਇੱਕ ਓੰਕਾਰ ਨਿਰਭਉ ਹੈ। ਮੈਂ ਬਾਣੀ ਨਹੀਂ ਬਦਲ ਲਿਆ, ਸਿਰਫ ਅਰਥ ਕਰ ਲਈ ਕਿ ਜਦੋਂ ਮੈਂ ਕਹਾਂਗਾ ਉਹ ਨਿਰਭਉ ਹੈ, ਉਹ ਕਹਾਂਗਾ ਤਾਂ ਇਸ਼ਾਰਾ ਫਿਰ ਵੀ ਇੱਕ ਓੰਕਾਰ ਵਾਲੇ। ਇੱਕ ਓੰਕਾਰ ਨੂੰ ਕੋਈ ਭੈ ਨਹੀਂ, ਸੱਚੀ ਮੁੱਚ ਏਕੇ ਨੂੰ ਤੇ ਭੈ ਹੁੰਦਾ ਹੀ ਨਹੀਂ, ਭੈ ਉੱਥੇ ਹੁੰਦਾ ਜਿੱਥੇ ਦੂਜਾ ਆ ਜਾਂਦਾ, ਇੱਕ ਨੂੰ ਕਦੀ ਭੈ ਨਹੀਂ ਹੁੰਦਾ, ਜਿੱਥੇ ਦੂਜਾ ਹੁੰਦਾ ਡਾਰੀ ਉੱਥੇ ਹੈ। ਪਿਆਰਿਓ ਇੱਕ ਵਾਹਿਗੁਰੂ ਜਿੱਥੇ ਵੱਸਦਾ ਉੱਥੇ ਭੈ ਕਰਦਾ, ਜਿੱਥੇ ਦਵੈਸ਼ ਆਉਂਦੀ ਹੈ ਭੈ ਉੱਥੇ ਹੀ ਜਨਮ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਨਿਰਭਉ ਹੈ, ਅਤੇ ਜੇ ਉਸ ਨੂੰ ਭੈ ਨਹੀਂ ਕਿਸੇ ਦਾ, ਫਿਰ ਉਹ ਕਿਸੇ ਨਾਲ ਵੈਰ ਵੀ ਨਹੀਂ ਕਮਾਉਂਦਾ। ਆਮ ਤੌਰ 'ਤੇ ਬੰਦਾ ਥੋੜ੍ਹਾ ਬਹੁਤਾ ਭੈ ਮੁਕਤ ਹੋ ਜਾਏ, ਉਹ ਜਣੇ ਖਾਣੇ ਨੂੰ ਵੈਰ ਕਮਾਉਣ ਲੱਗ ਪੈਂਦਾ, ਪਰ ਵਾਹਿਗੁਰੂ ਜੀ ਕਿਸੇ ਨਾਲ ਵੈਰ ਨਹੀਂ ਕਮਾਉਂਦੇ। ਮਹਾਰਾਜ ਬਚਨ ਕਰ ਰਿਹਾ ਅਕਾਲ, ਅਕਾਲ ਉਹ ਸਮੇਂ ਤੋਂ ਉੱਪਰ ਹੈ। ਸਮਾਂ ਤਾਂ ਗਿਣਤੀ ਬਿਣਤੀ ਬੰਦੇ ਨੇ ਕੀਤੀ, ਜਦੋਂ ਸਮਾਂ ਨਹੀਂ ਸੀ ਬਣਿਆ ਉਹ ਉਸ ਤੋਂ ਵੀ ਪਹਿਲਾਂ ਨੇ। ਮਹਾਰਾਜ ਜੀ ਬਚਨ ਕਰ ਰਿਹਾ ਅੱਗੇ ਮੂਰਤ, ਮੂਰਤ ਦਾ ਜਿਹੜਾ ਲਫਜ਼ੀ ਅਰਥ ਹੈ ਆਮ ਚਿੱਤਰ ਕਰਦੇ ਆ, ਪਰ ਇਹਦਾ ਅਰਥ ਕੀਤਾ ਗਿਆ ਹੋਂਦ। ਉਹ ਹੈ ਰੱਬ ਦੀ ਚਿੱਤਰ ਕਿਹਨੇ ਬਣਾ ਲੈਣਾ ਜੀ, ਕਿ ਚਿੱਤਰੰਗ ਬਹੀਨੈ ਕਿ ਇੱਕ ਹੈ ਅਧੀਨੈ, ਕਿਹੜਾ ਜੰਮਿਆ ਉਹ ਵਾਹਿਗੁਰੂ ਜੀ ਦਾ ਤਸਵੀਰ ਚਿੱਤਰ ਬਣਾ ਕੇ ਦਿਖਾਏ। ਪਰ ਇਹਦਾ ਮਤਲਬ ਇਹ ਸੀ ਵੀ ਜੇ ਅਕਾਲ ਕਹਿ ਸਮੇਂ ਤੋਂ ਉੱਪਰ ਹੈ, ਤੇ ਸਤਿਗੁਰਾਂ ਨੇ ਕਿਹਾ ਉਹਦੀ ਹੋਂਦ ਹੈ। ਅਕਾਲ ਮੂਰਤ ਅਜੂਨੀ, ਉਹ ਜੂਨਾਂ 'ਚ ਨਹੀਂ ਆਉਂਦਾ ਜੀ। ਅਸੀਂ ਜਦੋਂ ਜਾਪ ਸਾਹਿਬ ਅਗਾਂਹ ਪੜ੍ਹਾਂਗੇ ਨਾ ਜੀ,
ਮੈਂ ਜਦੋਂ ਮੈਂ ਤਕਰੀਬਨ ਜਿੰਨੇ ਕੁ ਮੈਨੂੰ ਪੰਜਾਬੀ 'ਚ ਮਿਲੇ ਆ ਟੀਕੇ ਮੈਂ ਜਾਪ ਸਾਹਿਬ ਦੇ ਦੇਖੇ ਆ, ਸੱਚੀ ਇਹ ਵੇ ਕਿ ਜਾਪ ਸਾਹਿਬ ਦੀ ਵਿਆਖਿਆ ਅਕਾਲ ਉਸਤਤ ਨੂੰ ਬਰਾਬਰ ਰੱਖ ਕੇ ਕੀਤੀ ਜਾ ਸਕਦੀ ਹੈ, ਕਿਉਂਕਿ ਜਾਪ ਸਾਹਿਬ ਦੀ ਵਿਆਖਿਆ ਅਕਾਲ ਉਸਤਤ ਹੈ। ਜੇ ਕੋਈ ਕਹੇ ਮੂਲ ਮੰਤਰ, ਤਾਂ ਸੱਚੀ ਮੁੱਚੀ ਮੂਲ ਮੰਤਰ ਦੀ ਵਿਆਖਿਆ ਵੀ ਸੈਂਕੜੇ ਸ਼ਬਦਾਂ ਵਿੱਚ ਸਤਿਗੁਰਾਂ ਨੇ ਜਾਪ ਸਾਹਿਬ ਵਿੱਚ ਕੀਤੀ ਹੈ। ਹੁਣ ਅਕਾਲ ਮੂਰਤ ਸਮੇਂ ਤੋਂ ਉੱਪਰ ਅਜੂਨੀ, ਉਹ ਕਦੀ ਜੂਨਾਂ 'ਚ ਨਹੀਂ ਆਉਂਦਾ ਜੀ, ਸਹਿਬ ਹੰ ਉਹਨੂੰ ਕਿਸੇ ਨੇ ਥਾਂ ਪਿਆ ਨਹੀਂ, ਸਹਿਬੰਗ ਦਰ ਤੇ ਸਵਯਮ ਮਹਾਰਾਜ ਕਹਿੰਦੇ ਉਹ ਸਵਯਮ ਆਪਣੇ ਆਪ ਹੈ, ਨਾ ਉਹਦੀ ਕੋਈ ਮਾਂ ਹੈ, ਨਾ ਉਹਦਾ ਕੋਈ ਪਿਓ ਹੈ, ਨਾ ਉਹਦੇ ਲਈ ਕੋਈ ਤੱਤ ਨੇ, ਉਹ ਆਪਣੇ ਆਪ ਹੈ। ਮਹਾਰਾਜ ਕਹਿ ਰਹੇ ਨੇ ਸਵਯਮ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹ ਸੱਚੀ ਜੀ ਉਹਨੂੰ ਕਿਸੇ ਨੇ ਬਣਾਇਆ, ਸਵਯਮ ਆਪਣੇ ਆਪ 'ਚ ਹੈ। ਅੱਗੇ ਫਿਰ ਸਤਿਗੁਰੂ ਜੋ ਇੱਕ ਸੱਤ ਹੈ, ਬਣਾਉਣ ਵਾਲਾ ਹੈ, ਵਿਆਪਕ ਹੈ, ਨਿਰਭਉ ਹੈ, ਵੈਰ ਨਹੀਂ ਕਮਾਉਂਦੇ, ਸਮੇਂ ਦੀ ਕੋਈ ਬੰਦਿਸ਼ ਨਹੀਂ, ਕੋਈ ਸਮੇਂ ਅਕਾਲ ਤਾਂ ਕਿਹਾ ਬਚਪਨ ਜਵਾਨੀ ਬੁਢੇਪਾ ਹੀ ਨਹੀਂ ਹੁੰਦਾ ਜੀ ਉਹਦੇ ਉੱਤੇ, ਉਹ ਜੂਨਾਂ 'ਚ ਨਹੀਂ ਆਉਂਦੇ। ਅਤੇ ਮਹਾਰਾਜ ਜਿਹੜਾ ਆਪਣੇ ਆਪ ਸੁਤੇ ਸਿੱਧ ਹੈ, ਅਸੀਂ ਕਿਵੇਂ ਮਿਲਾਂਗੇ? ਹਜ਼ੂਰ ਨੇ ਕਿਹਾ ਗੁਰਪ੍ਰਸਾਦ, ਗੁਰਪ੍ਰਸਾਦ, ਗੁਰ ਦਾ ਅਰਥ ਸਤਿਗੁਰੂ ਆਪਾਂ ਕਰਦੇ ਹਾਂ, ਚੇਤਨ ਸਰੂਪ ਵਾਹਿਗੁਰੂ ਵੀ ਕਰਦੇ ਆ, ਪ੍ਰਸਾਦ ਦਾ ਅਰਥ ਕਿਰਪਾ। ਇੱਥੇ ਸਤਿਗੁਰਾਂ ਨੇ ਕਿਹਾ ਉਸ ਨੂੰ ਪਾਉਣ ਵਾਸਤੇ ਗੁਰਪ੍ਰਸਾਦ ਕੀ ਬਖਸ਼ਿਸ਼ ਕਰਦਾ। ਇਹ ਸਤਿਗੁਰੂ ਜੀ ਨੇ ਮੰਗਲ ਦਰਜ ਕੀਤਾ ਆਰੰਭ ਵਿੱਚ। ਹੁਣ ਅੱਗੇ ਬਚਨ ਨੇ, ਅਸੀਂ ਪਹਿਲਾਂ ਅਰਥ ਕਰਾਂਗੇ, ਅੱਜ ਸ਼ੁਰੂਆਤ 'ਤੇ ਥੋੜ੍ਹਾ ਜਿਹਾ ਹੋਰ ਤਰ੍ਹਾਂ ਲੱਗੇਗਾ। ਪਹਿਲੇ ਦੋ ਸਲੋਕਾਂ 'ਚ ਸਤਿਗੁਰੂ ਸਾਨੂੰ ਸੁਮਤ ਦਿੰਦੇ ਆ, ਕਤੰਚ ਮਾਤਾ, ਜਿਹੜਾ ਕਤੰਤ ਸ਼ਬਦ ਹੈ ਕਤੰਚ, ਇਹ ਸਤਿਗੁਰੂ ਵਰਤ ਰਹੇ ਨੇ ਕਈ ਵਾਰ ਇਹਦੇ ਵਿੱਚ। ਸਿੱਖ ਵਿਦਵਾਨਾਂ ਨੇ ਇਹਦੇ ਬਹੁ ਅਰਥ ਕੀਤੇ ਨੇ, ਯਾਦ ਰੱਖਿਓ, ਇੱਕ ਅਰਥ ਨਹੀਂ ਕਰ ਸਕੇ। ਹਾਲਾਂ ਜਿਨ੍ਹਾਂ ਨੇ ਇੱਕ ਇੱਕ ਅਰਥ ਕੀਤਾ ਉਹਨੇ ਕਹਿ ਦਿੱਤਾ, ਕਿੱਥੇ ਰਹਿ ਗਏ ਤੇਰੇ ਮਾਪੇ, ਕਿੱਥੇ ਰਹਿ ਗਏ ਤੇਰੇ ਮਾਂ ਬਾਪ, ਕਿੱਥੇ ਰਹਿ ਗਏ ਤੇਰੇ ਭਾਣ ਭਰਾ। ਕਤੰਚ ਜਿਹੜਾ ਸ਼ਬਦ ਹੈ, ਭਾਈ ਕਾਨ ਸਿੰਘ ਨਾਭਾ ਵੀ ਉਹਦੇ ਬਹੁ ਅਰਥ ਕਰਦੇ, ਸੰਪਰਦਾਇ ਵਿਦਵਾਨਾਂ ਤੇ ਕਰਨੇ ਨੇ, ਇਹਦੇ ਅਰਥ ਕਿੱਥੇ, ਇਹ ਸ਼ਬਦ ਨੇ ਕਦੋਂ ਦੇ ਸ਼ਬਦ ਵਰਤ ਨੇ, ਕਿੱਥੇ ਨੇ, ਕਦੋਂ ਦੇ ਨੇ, ਕੀ ਹੋਇਆ, ਇਸ ਤਰ੍ਹਾਂ ਸ਼ਬਦ ਵਰਤੇ ਗਏ। ਪਰ ਅਸੀਂ ਇਹਦੇ ਅਰਥ ਬੜੇ ਸਰਲ ਸਮਝਣ ਵਾਸਤੇ, ਕਦੋਂ ਦੇ ਵੀ ਸ਼ਬਦ ਆਇਆ, ਕਦੋਂ ਦੇ ਨੇ ਤੇਰੇ ਮਾਪੇ ਹੋਏ, ਕਤੰਚ ਮਾਤਾ, ਕਦੋਂ ਦੀ ਤੇਰੀ ਮਾਂ ਹੈ, ਤੈਨੂੰ ਪਤਾ ਇਸ ਜਨਮ ਤੋਂ ਪਹਿਲਾਂ ਕਿੱਥੇ ਸੈਂ ਤੂੰ। ਪਰ ਇਹਦੇ ਥੋੜ੍ਹੇ ਅਰਥ ਸੌਖੇ ਸਮਝ ਪੈ ਜਾਣੇ, ਮੈਂ ਤਾਂ ਕਿਹਾ ਜੀ ਕਦੋਂ ਦੇ, ਕੀ ਹੋਇਆ, ਜਾਂ ਕਹਾਂ, ਕਿੱਥੇ। ਪਰ ਇਹ ਸਿੱਧੇ ਅਰਥ ਨੇ, ਇਹ ਸਾਰੀ ਗੱਲ ਗੁਰਦੇਵ ਨਾਸ਼ਵਾਨਤਾ ਦੀ ਸਾਨੂੰ ਸਮਝਾਉਂਦੇ ਪਏ। ਕਤੰਚ ਮਾਤਾ, ਕਿੱਥੇ ਰਹਿ ਗਈ ਤੇਰੀ ਮਾਂ, ਜਿਸ ਨੇ ਜਨਮ ਦਿੱਤਾ ਉਸਨੇ ਤੇਰੇ ਨਾਲ ਅੱਗੇ ਨਹੀਂ ਨਿਭਣਾ। ਹੁਣ ਅਖੀਰ 'ਤੇ ਜਾ ਕੇ ਸਪਸ਼ਟ ਹੁੰਦਾ ਨਾ ਮਹਾਰਾਜ ਕਹਿਣਾ 'ਚ ਕੀ ਚਾਹੁੰਦੇ ਨੇ, ਕਿਉਂਕਿ ਸਭ ਤੋਂ ਵੱਧ ਮੋਹ ਜਿਹੜਾ ਹੈ, ਜਦੋਂ ਅਸੀਂ ਸੰਸਾਰ ਵਿੱਚ ਜਨਮ ਲੈਂਦੇ ਹਾਂ, ਗੁਰਬਾਣੀ ਮੁਤਾਬਕ ਸਭ ਤੋਂ ਪਹਿਲਾਂ ਜੀਵ ਦਾ ਸੰਬੰਧ ਮਾਂ ਨਾਲ ਹੀ ਹੈ। ਜੀਵ ਦਾ ਅਰਥ ਮੈਂ ਕੇਵਲ ਮਰਦ ਨਹੀਂ ਵਰਤਾਂਗਾ, ਮੀਲ ਮੇਲ ਫੀ ਮੇਲ, ਇਸਤਰੀ ਪੁਰਸ਼ ਨਰ ਮਾਦਾ, ਸਭ ਤੋਂ ਪਹਿਲਾਂ ਸੰਬੰਧ ਮਾਂ ਨਾਲ ਹੈ। ਮਾਂ ਤੋਂ ਬਾਅਦ ਫਿਰ ਬੱਚਾ ਮਾਂ ਦੇ ਕੋਲ ਰਹਿੰਦਾ ਹੈ, ਬਾਪ ਕੋਲ ਉਸ ਕਮਰੇ 'ਚ ਹੈ, ਮਾਂ ਤੋਂ ਬਾਅਦ ਬੱਚੇ ਨੂੰ ਪਿਓ ਦੀ ਸਮਝ ਪੈ ਜਾਂਦੀ ਹੈ, ਪਿਓ ਤੋਂ ਬਾਅਦ ਫਿਰ ਉਹਨੂੰ ਸਮਝ ਪੈ ਜਾਂਦੀ ਆ ਮੇਰੇ ਭੈਣ, ਆ ਮੇਰੇ ਭਰਾ, ਆ ਮੇਰੇ ਭਤੀਜੇ। ਜਦੋਂ ਵਿਆਹਿਆ ਜਾਂਦਾ ਹੈ ਫਿਰ ਸਮਝ ਪੈਂਦੀ ਆ ਪਤਨੀ,
ਉਸ ਤੋਂ ਬਾਅਦ ਘਰ ਸੰਤਾਨ ਜਨਮ ਲੈਂਦੀ, ਫਿਰ ਅੱਗੇ ਸਾਰਾ ਵਿਸਤਾਰ ਹੋਈ ਜਾਂਦਾ, ਪੁੱਤਰ ਧੀਆਂ ਪੋਤੇ ਪੜਪੋਤੇ ਦੋਹਤਰੇ। ਸਤਿਗੁਰੂ ਸ਼ੁਰੂਆਤ ਕਰਦੇ ਨੇ, ਜਿਸ ਮਾਂ ਨੇ ਤੈਨੂੰ ਜਨਮ ਦਿੱਤਾ, ਜਿਸ ਮਾਂ ਨੇ ਤੈਨੂੰ ਪਾਲਿਆ, ਦੱਸ ਭਾਈ ਉਹ ਮਾਂ ਕਿੱਥੇ ਹੈ, ਕਦੋਂ ਦੀ ਹੈ ਮਾਂ? ਕਤੰਚ ਮਾਤਾ ਕਤੰਚ ਪਿਤਾ, ਕਦੋਂ ਦੇ ਨੇ ਤੇਰੇ ਪਿਤਾ ਜੀ, ਕਿੱਥੇ ਰਹਿ ਗਏ ਤੇਰੇ ਪਿਤਾ ਜੀ? ਕਤੰਚ ਬਨਤਾ, ਬਨਤਾ ਦਾ ਲਫ਼ਜ਼ੀ ਅਰਥ ਅਸੀਂ ਜਾਣਦੇ ਜੀ ਇਸਤਰੀ, ਜਿਹਨੂੰ ਗੁਰਬਾਣੀ 'ਚ ਦਾਰਾ ਸ਼ਬਦ ਵੀ ਵਰਤਿਆ ਹੈ। ਹਜ਼ੂਰ ਕਹਿੰਦੇ ਨੇ ਕਿੱਥੇ ਹੈ ਇਸਤਰੀ, ਕਿੱਥੇ ਰਹਿ ਗਈ ਇਸਤਰੀ? ਕਤੰਚ ਮਾਤਾ ਕਤੰਚ ਪਿਤਾ, ਫਿਰ ਅਰਥ ਨੇ ਕਿੱਥੇ ਨੇ ਮਾਤਾ, ਕਿੱਥੇ ਨੇ ਪਿਤਾ, ਕਿੱਥੇ ਹੈ ਇਸਤਰੀ? ਮਹਾਰਾਜ ਜੀ ਕਹਿੰਦੇ ਕਤੰਚ ਬਨਤਾ ਬਿਨੋਦ ਸੁਤ ਹੈ। ਮਹਾਰਾਜ ਸ਼ਬਦ ਵਰਤਨੇ, ਬਿਨੋਦ ਦਾ ਅਰਥ ਆਪਾਂ ਜਾਣਦੇ ਹਾਂ ਰੰਗ ਤਮਾਸ਼ੇ ਕਰਨੇ, ਪਿਆਰ ਕਰਨਾ, ਲਾੜ ਲੜਾਣੇ, ਕਲੋਲ ਕਰਨੇ। ਹਜ਼ੂਰ ਕਹਿੰਦੇ ਨੇ ਦੱਸ ਹੈ ਐ ਇਨਸਾਨ, ਕਿੱਥੇ ਹੈ ਮਾਂ, ਕਿੱਥੇ ਹੈ ਬਾਪ, ਕਿੱਥੇ ਹੈ ਇਸਤਰੀ? ਤੇ ਸੁੱਤ ਦਾ ਅਰਥ ਸਾਰੇ ਜਾਣਦੇ ਆਪਾਂ ਪੁੱਤਰ, ਜਿਸ ਪੁੱਤਰ ਨਾਲ ਤੂੰ ਲਾੜ ਲੜਾਨਾ ਹੈ, ਜਿਸ ਪੁੱਤਰ ਤੋਂ ਇੱਕ ਘੜੀ ਦੂਰ ਨਹੀਂ ਰਹਿ ਸਕਦਾ, ਮੈਨੂੰ ਦੱਸ ਜਦੋਂ ਮੌਤ ਆਉਣੀ ਹੈ ਤੇਰਾ ਪੁੱਤਰ ਕਿੱਥੇ ਹੈ, ਮਾਂ ਕਿੱਥੇ? ਫਿਰ ਅਰਥ ਬੇਨਤੀ ਹੈ, ਕਤੰਚ ਦਾ ਅਰਥ ਮੈਂ ਕੀਤੇ ਨੇ ਕਦੋਂ ਦੇ, ਕਿਉਂਕਿ ਮੈਂ ਅਰਥ ਵਿੱਚ ਬੰਨ ਨਹੀਂ ਸਕਾਂਗਾ ਵਾਹਿਗੁਰੂ ਜੀ। ਵਿਦਵਾਨ ਪੁਰਸ਼ੇ ਕਦੋਂ ਦੇ, ਕਿੱਥੇ ਨੇ, ਕਦੋਂ ਤੋਂ ਨੇ? ਮਹਾਰਾਜ ਕਹਿ ਰਹੇ ਨੇ ਕਿੱਥੇ ਹੈ ਮਾਤਾ, ਕਿੱਥੇ ਹੈ ਪਿਤਾ, ਕਿੱਥੇ ਹੈ ਇਸਤਰੀ, ਤੇ ਕਿੱਥੇ ਉਹ ਪੁੱਤਰ ਜਿਹਦਾ ਲਾਡ ਲੜਾਉਂਦਾ ਸੀ? ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤ ਹੈ। ਅੱਗੇ ਹੈ ਕਤੰਚ ਪ੍ਰਾਤ ਮੀਤ ਹਿਤ ਬਾਂਧਵ। ਫਿਰ ਅਰ ਸੁਣਿਓ, ਹਜ਼ੂਰ ਨੇ ਤੇ ਸ਼ਬਦ ਵਰਤਿਆ ਕਿੱਥੇ ਹੈ ਭਰਾ ਦਰਤ ਤੇਰੇ ਭਰਾ, ਮੀਤ ਦਾ ਅਰਥ ਮਿੱਤਰ, ਹਿਤ ਦਾ ਲਫ਼ਜ਼ੀ ਅਰਥ ਕਰਾਂਗੇ ਹਿਤੂ, ਪਿਆਰੇ, ਜਿਨ੍ਹਾਂ ਨਾਲ ਤੇਰੀ ਮੁਹੱਬਤ ਬੜੀ ਹੈ, ਇਸ਼ਟ ਮੀਤਰ ਭਾਈ ਜਿਨ੍ਹਾਂ ਨੂੰ ਕਹਿੰਦੇ। ਹਜ਼ੂਰ ਕਹਿੰਦੇ ਕਿੱਥੇ ਨੇ ਤੇਰੇ ਭਰਾ, ਕਿੱਥੇ ਨੇ ਤੇਰੇ ਮਿੱਤਰ, ਕਿੱਥੇ ਨੇ ਤੇਰੇ ਹਿਤੂ? ਹਿਤੂ ਦਾ ਅਰਥ ਤੇਰੀ ਪਾਰਟੀ ਵਾਲੇ ਬੰਦੇ, ਜਿਹੜੀ ਤੇਰੀ ਜਿੰਦਾਬਾਦ ਕਰਦੇ ਸਨ, ਤੇਰੀ ਪਿੱਠ ਨਹੀਂ ਲੱਗਣ ਦੇਦੀ, ਪੁੱਛ ਨਾ ਪਰਵਾਹ ਨਾ ਕਰ, ਬਹੁਤ ਕੁਝ ਕਰ ਦਿਆਂਗੇ। ਮਹਾਰਾਜ ਕਹਿੰਦੇ ਇੱਕ ਵੀ ਆਪਣਾ ਸਪੋਰਟਰ ਮੈਨੂੰ ਲਿਆ ਕੇ ਦਿਖਾ, ਤੈਨੂੰ ਮੌਤ ਆ ਗਈ, ਉਹ ਕਿੱਥੇ ਨੇ ਤੇਰੀ ਹਿਤੂ ਜਿਹੜੇ ਹਿੱਤ ਕਰਦੇ ਆ ਤੈਨੂੰ? ਹਜ਼ੂਰ ਜੀ ਕਹਿ ਰਹੇ ਅੱਗੇ ਬੰਧਵ ਦਾ ਅਰਥ ਜਿਹੜੇ ਤੇਰੇ ਰਿਸ਼ਤੇਦਾਰ ਨੇ। ਅੱਗੇ ਕਹਿ ਕਤੰਚ ਮੋਹ ਕੁਟੰਬੀ ਅਤੇ, ਹਜ਼ੂਰ ਸ਼ਬਦ ਵਰਤ ਰਹੇ ਆ। ਵਿਦਵਾਨ ਪੁਰਸ਼ ਕਹਿੰਦੇ ਆ ਵੀ ਜਿਹੜਾ ਆ ਬੱਬੇ ਦੇ ਥੱਲੇ ਹੈ, ਅੱਧਾ ਯਈਆ ਹੈ, ਸਵਰਗ ਹੈ, ਇਹਦਾ ਅਰਥ ਇਹਦਾ ਉਚਾਰਨ ਜੋ ਗੁਰਮੁਖਾਂ ਦੱਸਿਆ, ਮੈਂ ਫਿਰ ਵੀ ਕਹਾਂਗਾ, ਮੈਂ ਸਿੱਖਣਾ ਵੀ ਚਾਹੁੰਦਾ, ਮੈਂ ਸਿਖਾਉਣ ਬੋਲਣ ਨਹੀਂ ਆਇਆ। ਉਹ ਕਹਿੰਦੇ ਸਿਹਾਰੀ ਪਲੱਸ ਐੜਾ, ਇਹਦਾ ਉਚਾਰਨ ਜਿਹੜਾ ਕੁਟੰਬੀ ਅਤੇ ਥੱਲੇ ਸਵਰ ਲਾਇਆ ਸਤਿਗੁਰਾਂ ਨੇ, ਹਜ਼ੂਰ ਬਖਸ਼ਿਸ਼ ਕਰ ਰਹੇ ਆ ਕੁਟੰਬ ਤੋਂ ਸ਼ਬਦ ਕਹਿ, ਤੇਰਾ ਕੁਟੰਬ ਕਿੱਥੇ, ਸਾਰਾ ਕੋੜਮਾ ਤੇਰਾ ਕਿੱਥੇ? ਇਹਦਾ ਥੋੜ੍ਹਾ ਜਿਹਾ ਅਰਥ ਫਿਰ ਸਿੱਧਾ ਕਰੀਏ ਬੋਲ ਕੇ ਆਪਣੇ ਸ਼ਬਦਾਂ 'ਚ, ਕਿੱਥੇ ਹੈ ਮਾਂ, ਕਦੋਂ ਦੀ ਹੈ ਤੇਰੀ ਮਾਂ, ਕਿੱਥੇ ਹੈ ਤੇਰਾ ਬਾਪ, ਕਦੋਂ ਦਾ ਤੇਰਾ ਬਾਪ? ਤੈਨੂੰ ਪਤਾ ਜਿੱਦਣ ਦਾ ਤੂੰ ਤੁਰਿਆ ਕਿੰਨੇ ਬਾਪ ਤੇ ਕਿੰਨੇ ਬੇਟੇ, ਕਿੰਨੇ ਦਾਦੇ ਪੜਦਾਦੇ, ਕਿੰਨੇ ਕੁ ਮਿਲੇ? ਕਿੱਥੇ ਹੈ ਤੇਰੀ ਇਸਤਰੀ, ਤੇ ਕਿੱਥੇ ਜਿਹੜੇ ਪੁੱਤਰਾਂ ਨਾਲ, ਜਿਸ ਬੱਚੇ ਨਾਲ ਤੂੰ ਲਾਲ ਡਾਨਾ, ਕਿੱਥੇ ਨੇ ਤੇਰੇ ਭਰਾ, ਕਿੱਥੇ ਨੇ ਤੇਰੇ ਮਿੱਤਰ, ਕਿੱਥੇ ਨੇ ਤੇਰੇ ਖਿਤੂ, ਤੈਨੂੰ ਪਿਆਰ ਕਰਨ ਵਾਲੇ? ਜਿਸ ਪਰਿਵਾਰ ਦੇ ਮੋਹ ਵਿੱਚ ਸੈ, ਮੋਹ ਦਾ ਅਰਥ ਆਪਾਂ ਜਾਣਦੇ ਖਿੱਚ ਵੀ ਸੈ। ਮਹਾਰਾਜ ਕਹਿੰਦੇ ਕਤੰਚ ਮੋਹ ਕੁਟੰਬ ਅਤੇ,
ਤੇਰੇ ਕੁਟੰਬ ਦਾ ਮੋਹ ਜਿਨ੍ਹਾਂ ਦੀ ਖਾਤਰ ਮਰ ਗਿਆ ਸਾਂ ਮੈਂ ਆਪਣੇ ਪਰਿਵਾਰ ਨੂੰ, ਆਪਣੇ ਖੂਨ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਬਹੁਤ ਅੱਗੇ ਲੈ ਕੇ ਜਾਣਾ। ਮਹਾਰਾਜ ਕਹਿੰਦੇ ਝਾਤੀ ਮਾਰ ਇੱਕ ਵਾਰੀ ਬੋਲ ਕੇ ਦੱਸੋ ਤੇਰਾ ਕੋੜਮਾ ਕਿੱਥੇ ਗਿਆ ਈ, ਕਿੱਥੇ ਗਈ ਤੇਰੀ ਬਰਾਦਰੀ। ਅੱਗੇ ਮਹਾਰਾਜ ਕਹਿੰਦੇ ਅਗਲੀ ਗੱਲ ਸੁਣ, ਕਤੰਚ ਚਪਲ, ਚਪਲੀ ਪਾਠ ਕਰਾਂਗੇ, ਚੰਚਲ। ਮਹਾਰਾਜ ਕਹਿੰਦੇ ਨੇ ਮੋਹਨੀ, ਮੋਹਨੀ ਮਨ ਨੂੰ ਮੋਹਣ ਵਾਲੀ ਮੋਹਨੀ, ਕਤੰਚ ਚਪਲ ਮੋਹਨੀ ਰੂਪੰ। ਮਹਾਰਾਜ ਕਹਿੰਦੇ ਨੇ ਚੰਚਲ ਮਾਇਆ, ਮਨ ਨੂੰ ਮੋਹਣ ਵਾਲੀ ਮਾਇਆ, ਸੋਹਣੀ ਰੂਪਮਤੀ ਮਾਇਆ। ਇਕੱਲੇ ਭੈਣ ਭਰਾ, ਮਾਂ ਬਾਪ, ਰਿਸ਼ਤੇਦਾਰੀ ਨਹੀਂ, ਜਿਹੜੀ ਇੰਨਾ ਪੈਸਾ ਇਕੱਠਾ ਕਰੀ ਬੈਠਾ ਸਾਂ ਓਏ, ਅੱਜ ਤੈਨੂੰ ਡੱਬੇ 'ਚ ਪਾ ਦਿੱਤਾ, ਪੁੱਛ ਕੇ ਵੇਖਾਂ ਜੇ ਲਾਕਰ 'ਚ ਪੈਸੇ ਪਏ ਨੇ ਉਹ ਕਿੱਥੇ ਨੇ ਤੇਰੇ, ਉਹਦੇ ਵਿੱਚੋਂ ਕੋਈ ਤੇਰੇ ਨਾਲ ਤੁਰਿਆ। ਮਹਾਰਾਜ ਕਹਿੰਦੇ ਕਤੰਚ ਚਪਲ ਮੋਹਨੀ ਰੂਪੰਗ ਪੇਖੰਤੇ ਪੇਖੰਤੇ, ਵੇਖਦਿਆਂ ਵੇਖਦਿਆਂ ਤੇਰੇ, ਵਹਿੰਦਿਆਂ ਵਹਿੰਦਿਆਂ ਤਿਆਗੰ ਕਰੋਤ, ਤਿਆਗ ਗਏ ਤੈਨੂੰ, ਤੁਰ ਤਿਆਗ ਕੇ ਚਲੇ ਗਏ। ਫਿਰ ਬੇਨਤੀ ਕਹਿ ਉਹ ਬੰਦਿਆ, ਦੱਸ ਇੰਨੀ ਦੌਲਤ ਦੁਨੀਆ ਦੀ ਇਕੱਠੀ ਕੀਤੀ, ਇਹਨਾਂ ਵਿੱਚੋਂ ਕਿਹੜਾ ਤੇੜਾ ਰਹਿ ਗਿਆ? ਮੈਂ ਇਹਦੇ ਅਰਥ ਯੂੰ ਕਰਾਂਗਾ, ਤਿਆਗੰ, ਮਹਾਰਾਜ ਕਹਿੰਦੇ ਪੇਖੰਤੇ ਤਿਆਗੰ ਕਰੋਤ, ਇਹਦੇ ਦੇ ਅਰਥ ਸਾਰਿਆਂ ਨਾਲ ਟੁਕਾ ਕੇ ਕਰ ਲਈ ਸੌਖੇ ਹੋ ਜਾਣਗੇ। ਵੇਖਦਿਆਂ ਵੇਖਦਿਆਂ ਮਾਂ ਕਿੱਥੇ, ਬਾਪ ਕਿੱਥੇ, ਮਿੱਤਰ ਕਿੱਥੇ, ਪੁੱਤਰ ਕਿੱਥੇ, ਇਸਤਰੀ ਕਿੱਥੇ, ਉਹ ਰਿਸ਼ਤੇਦਾਰ ਕਿੱਥੇ, ਸਪੋਰਟ ਕਰਨ ਵਾਲੇ ਕਿੱਥੇ, ਤੇਰੇ ਪੈਸੇ ਕਿੱਥੇ, ਹੇ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਤ ਦਿਓ, ਅੱਗੇ ਕੀ ਜਾਏਗਾ। ਫਿਰ ਬੇਨਤੀ ਸੁਣਿਓ, ਤਤ ਮਹਾਰਾਜ ਜੀ ਕਹਿੰਦੇ ਜੇ ਇਹ ਕੁਛ ਵੀ ਨਹੀਂ ਫਿਰ ਕਿੱਥੇ? ਹਜ਼ੂਰ ਕਹਿਣ ਲੱਗੇ ਰਹੰਤ ਸੰਗ ਭਗਵਾਨ ਸਿਮਰਨ। ਫਿਰ ਅਰਜ਼ ਕਹਿ ਮਾਂ ਨਾਲ ਨਹੀਂ ਰਹੇਗੀ, ਪਿਤਾ ਨੇ ਨਾਲ ਨਹੀਂ ਰਹਿਣਾ, ਇਸਤਰੀ ਤੇ ਪੁੱਤਰਾਂ ਨਾਲ ਨਹੀਂ ਚੱਲਣਾ, ਭਰਾ ਨੇ, ਮਿੱਤਰਾਂ ਨੇ ਤੇ ਖਿਤੂ, ਉਹਨਾਂ ਨਾਲ ਨਹੀਂ ਚੱਲਣਾ, ਰਿਸ਼ਤੇਦਾਰਾਂ ਨਾਲ ਨਹੀਂ ਚੱਲਣਾ, ਕੁਟੰਬ ਨੇ ਨਾਲ ਨਹੀਂ ਚੱਲਣਾ, ਮਨ ਨੂੰ ਮੋਹਣ ਵਾਲੀ ਸੋਹਣੀ ਮਾਇਆ ਨੇ ਨਾਲ ਨਹੀਂ ਚੱਲਣਾ, ਫਿਰ ਕੌਣ ਚੱਲੇਗਾ? ਕਹਿਣ ਲੱਗੇ ਹਾਂ ਇੱਕ ਹੈ ਜਿਹੜਾ ਨਾਲ ਚੱਲੇਗਾ, ਕੌਣ ਰਹੇਗਾ? ਮੈਂ ਇੱਥੇ ਤਾਂ ਸ਼ਬਦ ਵਰਤਿਆ ਜੀ ਕਿੱਥੇ ਰਹਿ ਗਏ, ਕਿਉਂਕਿ ਪਿੱਛੇ ਸ਼ਬਦ ਰਹੰਤ ਆ ਗਿਆ ਨਾ, ਮੈਂ ਰਹਿ ਗਿਆ ਸ਼ਬਦ ਆਪਣੇ ਕੋਲੋਂ ਲਾਇਆ, ਵਾਹਿਗੁਰੂ ਜੀ ਬਖਸ਼ਿਸ਼ ਕਰ ਦਿਆ ਜੇ ਇਹ ਅਰਥ ਕਰ ਲਏ। ਕਿੱਥੇ ਰਹਿ ਗਈ ਮਾਤਾ, ਕਿੱਥੇ ਰਹਿ ਗਏ ਪਿਤਾ, ਕਿੱਥੇ ਰਹਿ ਗਏ ਇਸਤਰੀ? ਹਾਂ ਇੱਕ ਰਹਿ ਗਿਆ ਰਹੰਤ ਸੰਗ ਭਗਵਾਨ ਸਿਮਰਨ। ਭਗਵਾਨ ਦਾ ਅਰਥ ਵਾਹਿਗੁਰੂ, ਸਿਮਰਨ ਦਾ ਅਰਥ ਆਪਾਂ ਜਾਣਿਆ ਨਾਮ ਜਪਣਾ, ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੀ ਤੇਰੇ ਨਾਲ ਰਹੇਗਾ, ਬਾਕੀ ਕਿਸੇ ਨੇ ਤੇਰੇ ਨਾਲ ਨਹੀਂ ਰਹਿਣਾ। ਇੱਥੋਂ ਤੱਕ ਮੈਂ ਅੱਗੇ ਥੋੜ੍ਹੀ ਜਿਹੀ ਦੀ ਵਿਆਖਿਆ ਆਪਾਂ ਕਰਨੀ ਆ ਪਰਮਾਣਾ ਸਾਹਿਬ, ਆਹ ਜਿਹੜਾ ਜਿਸਮ ਹੈ ਇਹਨੇ ਵੀ ਨਾਲ ਨਹੀਂ ਰਹਿਣਾ। ਇਹ ਕੱਲ ਵੀ ਅਰਜ਼ ਕੀਤੀ, ਰਹੰਤ ਸੰਗ ਭਗਵਾਨ ਸਿਮਰਨ, ਰਹੇਗਾ ਨਾਲ ਤੇਰੇ, ਸੰਗ ਦਰਥ ਨਾਲ ਕਰ ਰਿਹਾ, ਰਹੇਗਾ ਤੇਰੇ ਨਾਲ ਭਗਵਾਨ ਦਾ ਸਿਮਰਨ। ਮਹਾਰਾਜ ਕਹਿੰਦੇ ਨੇ ਲੱਭਦਾ ਕਿੱਥੋਂ ਹੈ, ਇਹ ਕਿੱਥੋਂ ਮਿਲਦਾ ਜੀ ਜਿਹੜਾ ਨਾਲ ਰਹਿੰਦਾ ਹੈ? ਫਿਰ ਸੁਣਿਓ, ਮਾਂ ਬਾਪ ਘਰ ਨੇ, ਪੁੱਤਰ ਧੀਆਂ ਘਰ ਨੇ, ਇਹ ਖੂਨ ਦੇ ਰਿਸ਼ਤੇ ਨੇ ਸਾਡੇ, ਇਹ ਇਹ ਕਿੱਥੇ ਰਹਿੰਦਾ ਜਿੱਥੇ ਜਿਹੜਾ ਨਾਮ ਚੱਲਦਾ ਨਾਲ? ਹਜ਼ੂਰ ਕਹਿਣ ਲੱਗੇ ਉਹ ਲੱਭਦਾ ਹੈ, ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲੱਭਦੰਗ। ਇੱਥੇ ਪਾਠ ਲੱਭਦੰਗ ਦਿੱਤਾ ਹੋਇਆ ਹੈ। ਮਹਾਰਾਜ ਕਹਿੰਦੇ ਲੱਭਦੇਂਗੇ ਨਾ, ਹਾਂ ਇੱਥੇ ਥੋੜ੍ਹਾ ਫਰਕ ਹੈ ਪੋਥੀ 'ਚ, ਨਾਨਕ ਲੱਭਦੇਂਗ ਅਚੁੱਤ ਤਨਹ। ਫਿਰ ਬੇਨਤੀ ਸੁਣਿਓ, ਲੱਭਦਾ ਹੈ ਕਿੱਥੋਂ ਲੱਭਦਾ ਜੀ ਜਿਹੜਾ ਰੱਬ ਨਾਲ ਰਹਿੰਦਾ? ਅਚੁੱਤ ਦਾ ਲਫ਼ਜ਼ੀ ਅਰਥ ਹੁੰਦਾ ਜਿਹੜਾ ਪਤਤ ਨਹੀਂ ਹੁੰਦਾ, ਇਹਦੇ ਅਰਥ ਪੰਜ ਚਾਰ ਨੇ ਜੀ। ਅਚੁੱਤ ਦਾ ਅਰਥ ਜਿਹੜਾ ਪਤਤ ਨਹੀਂ ਹੁੰਦਾ, ਅਚੁੱਤ ਦਾ ਅਰਥ ਜਿਹੜਾ ਚੁੰਦਾ ਕਦੀ ਨਹੀਂ,
ਇੱਕ ਵਿਅਰਥ ਅੱਜ ਮੈਂ ਕੋਸ਼ਚ ਵੇਖਿਆ ਜਿਹੜਾ ਚੁੰਦਾ ਕਦੀ ਨਹੀਂ, ਅਚੁੱਤ ਦਾ ਲਫ਼ਜ਼ੀ ਅਰਥ ਹੈ ਜਿਹੜਾ ਡਿੱਗਦਾ ਕਦੀ ਨਹੀਂ, ਇਹਦਾ ਸਿੱਧਾ ਅਰਥ ਆਪਾਂ ਕਰ ਲਈਏ ਅਚੁੱਤ ਦਾ ਅਰਥ ਹੈ ਬਿਨਾਸ਼ੀ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਸੁਣਿਓ ਨਾਨਕ ਲੱਭਦੇ ਲੱਭਦੇ ਨੇ ਕਿੱਥੇ ਅਚੁੱਤ, ਅਚੁੱਤ ਦਾ ਅਰਥ ਪਰਮੇਸ਼ਵਰ, ਤਨਹ ਫਿਰ ਬੇਨਤੀ ਹੈ, ਤਨ ਦਾ ਅਰਥ ਵੈਸੇ ਸਰੀਰ ਹੈ, ਇੱਕ ਲਫ਼ਜ਼ ਅਸੀਂ ਤਨੁਜ ਵੀ ਵਰਤਨੇ ਆ, ਇੱਥੇ ਤਨਹ ਦਾ ਅਰਥ ਹੈ ਪੁੱਤਰ, ਅਚੁੱਤ ਤਨਹ ਕੌਣ, ਇਹ ਨਾਮ ਲੱਭਦਾ ਰੱਬ ਦੇ ਪੁੱਤਰਾਂ ਕੋਲੋਂ, ਪਰਮੇਸ਼ਵਰ ਦੇ ਪੁੱਤਰਾਂ ਕੋਲੋਂ। ਪਰ ਮੈਂ ਇੱਕ ਗੱਲੋਂ ਕੁਰਬਾਨ ਜਾਵਾਂ ਸਾਰੇ ਟੀਕਾਕਾਰਾਂ ਤੋਂ, ਭਾਵੇਂ ਜਿੰਨਾ ਵਿਆਕਰਨ ਦੀ ਵੀ ਇੱਕ ਇੱਕ ਅਲੱਗ ਮਾਤਰ ਰੱਖ ਕੇ ਗ੍ਰੈਮਰ ਦੇ ਆਧਾਰ ਬਣਾ ਕੇ ਅਰਥ ਕੀਤੇ, ਇੱਥੇ ਬਿਲਕੁਲ ਇਮਾਨਦਾਰੀ ਵਰਤੀ, ਰੱਬ ਦੇ ਪੁੱਤਰ ਕੌਣ ਨੇ ਜੀ, ਰੱਬ ਦੇ ਪੁੱਤਰ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਨੇ। ਫਿਰ ਬੇਨਤੀ ਸੁਣਿਓ, ਇਹ ਲੱਭਦਾ ਹੈ ਨਾਮ, ਜਿਸ ਨਾਮ ਨੇ ਨਾ ਰਹਿਣਾ ਉਹ ਲੱਭਦਾ ਹੈ, ਕਿੱਥੋਂ ਲੱਭਦਾ ਹੈ, ਜਿੱਥੇ ਰੱਬ ਦੇ ਪੁੱਤਰ ਬੰਦਗੀ ਕਰਨ ਵਾਲੇ ਸੰਤ ਜਨ ਬੈਠੇ ਹੋਣ, ਨਾਮ ਲੱਭਦਾ ਹੀ ਉੱਥੋਂ ਹੈ। ਇਹਨੂੰ ਥੋੜ੍ਹਾ ਜਿਹਾ ਮੈਂ ਜੀ ਸਿਰਫ ਅੱਖਰੀ ਅਰਥ ਕੀਤੇ ਆ, ਹੁਣ ਜੀ ਥੋੜ੍ਹੀ ਜਿਹੀ ਮੈਂ ਵਿਆਖਿਆ ਕਰਾਂਗਾ ਜੀ। ਜਦੋਂ ਦ੍ਰਿਸ਼ਟ ਮਾਨ 'ਚ ਸਭ ਕੁਝ ਦਿਸਦਾ ਨਾ ਜੀ, ਇਸ ਨੂੰ ਚੇਤੇ ਹੀ ਨਹੀਂ ਰਹਿੰਦਾ ਵੀ ਇੱਕ ਦਿਨ ਮੈਂ ਜਾਣਾ ਵੀ ਹੈ, ਸੱਚੀ ਉਹ ਮੋਹ ਜਕੜੀ ਬੈਠਾ ਨਾ। ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਇੱਕ ਮਹਾਰਾਜ ਦਾ ਸ਼ਬਦ ਜਿਹੜਾ ਇੱਥੇ ਇੱਕ ਵਾਰ ਵਿਆਖਿਆ ਕੀਤੀ ਮੈਨੂੰ ਯਾਦ ਹੈ, ਸ਼ਾਇਦ ਦੁਪਹਿਰ ਦੇ ਦੀਵਾਨ 'ਚ ਕੀਤੀ ਸੀ, ਯੱਕ ਅਰਜ਼ ਗੁਫਤਮ ਪੇਸ਼ ਤੋਂ, ਯੱਕ ਅਰਜ ਗੁਪਤਮ ਪੇਸ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ, ਪਰਵਤਗਾਰ ਕਿੱਥੇ ਨੇ ਤੇਰੇ ਮਾਂ ਬਾਪ। ਉੱਚ ਬਚਨ ਹੈ, ਜਨ ਪਿਸਰ ਪਦਰ ਬਿਰਾਦਰਾ, ਕਸ ਨੇਸ ਦਸਤੰਗੀਰ, ਜਨ ਇਸਤਰੀ, ਪਿਸਰ ਪੁੱਤਰ, ਪਦਰ ਪਿਤਾ, ਬਿਰਾਦਰਾਂ ਭਰਾ। ਗੁਰੂ ਨਾਨਕ ਸਾਹਿਬ ਦਾ ਪਹਿਲੇ ਸ਼ਬਦ ਤਲੰਗ ਰੱਖਦਾ, ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਕੋਈ ਵੀ ਨਹੀਂ, ਦਸਤੰਗੀਰ, ਦਸਤੰਗੀਰ ਦਾ ਅਰਥ ਹੁੰਦਾ ਹੱਥ ਪਕੜਨ ਵਾਲਾ। ਮਹਾਰਾਜ ਕਹਿੰਦੇ ਨੇ ਇਸਤਰੀ ਪੁੱਤਰ ਭਰਾ ਬਾਪ, ਜਿੱਦਣ ਮੌਤ ਨੇ ਤੈਨੂੰ ਸੱਦੇ ਸੱਟਿਆ, ਚੇਤੇ ਰੱਖੀ ਤਿਲਕੇਗਾ ਤੇ ਲੋਕੀ ਹੱਥ ਪਕੜ ਕੇ ਤੈਨੂੰ ਦਸਤੰਗੀਰ ਬਣਾ ਕੇ ਉਠਾ ਲੈਣਗੇ, ਜਿੱਦਣ ਨੇ ਮੌਤ ਨੇ ਸੱਟਿਆ ਉਦਣ ਕਿਸੇ ਨੇ ਹੱਥ ਪਕੜ ਕੇ ਉਠਾ ਨਹੀਂ ਸਕਣਾ। ਕਸ ਨੇਸ ਦਸਤੰਗੀਰ, ਕੋਈ ਨਹੀਂ ਤੇਰਾ। ਆਖਰ ਬੇਅਫਤਮ, ਮਹਾਰਾਜ ਕਹਿੰਦੇ ਜਦੋਂ ਮੈਂ ਡਿੱਗਿਆ, ਆਖਰ ਬੇਅਫਤਮ, ਕਸ ਨਾ ਦਰਦ, ਕਸ ਨਾ ਕੋਈ ਵੀ, ਨਾ ਦਰਦ, ਦਰ ਦਰ ਤੇ ਰੱਖਣਾ, ਜਿੱਦਣ ਮੈਂ ਡਿੱਗਿਆ ਮੌਤ ਆਈ, ਮਾਂ ਬਾਪ ਇਸਤਰੀ ਕੋਈ ਨਹੀਂ ਸੀ। ਜਿਹੜਾ ਇਹ ਕਹਿੰਦਾ ਹੋ ਜੇ ਇਹਨੂੰ 10 ਸਾਲ ਨਾ ਫੂਕੋ, ਅਸੀਂ ਘਰ ਬੈਡਰੂਮ ਸ਼ਿੰਗਾਰ ਕੇ ਇਹਨੂੰ ਘਰ ਰੱਖਣਾ ਚਾਹੁੰਦੇ। ਮਹਾਰਾਜ ਕਹਿੰਦੇ ਕਿਸੇ ਨਹੀਂ ਰੱਖਿਆ। ਕਸ ਨੇਸ ਦਸਤੰਗੀਰ ਆਖਰ ਬੇਅਫਤਮ, ਕਸ ਨਾ ਦਰ ਚੂੰ ਸ਼ਬਦ ਤਕਬੀਰ। ਇੱਕ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਸੱਚੀ ਗੁਰਮੁਖੋ ਕਦੀ ਇਕਾਂਤ 'ਚ ਬਹਿ ਕੇ, ਕਦੀ ਕਦੀ ਜਦੋਂ ਕਿਤੇ ਮਨ ਆਵੇ ਥੋੜ੍ਹਾ ਬਹੁਤਾ ਬਾਣੀ ਵੱਲ, ਸਿਰਫ ਇੰਨਾ ਕੁ ਪੁੱਛ ਲਈਏ ਵੀ ਤੇਰਾ ਦੁਨੀਆ 'ਚ ਖੈ ਕਿਹੜਾ, ਇੰਨਾ ਦੱਸ। ਉਂਜ ਵੈਸੇ ਜਿਹੜੇ ਧਿਆਨ ਕਰਾਉਂਦੇ ਸਨ ਨਾ ਜੀ, ਮੈਂ ਇੱਕ ਦਿਨ ਇੱਕ ਕਿਤਾਬ ਪੜ੍ਹੀ, ਉਹ 'ਚ 300 ਵਿਧੀਆਂ ਦੱਸੀਆਂ ਧਿਆਨ ਦੀਆਂ। ਪਰ ਵਾਹਿਗੁਰੂ ਜੀ ਆਪਣਾ ਜਦੋਂ ਕਿਸੇ ਦੂਜੇ ਮਤ ਨੂੰ ਪੜ੍ਹੀ ਦਾ ਨਾ, ਸੱਚੀ ਲਓ ਇੱਧਰ ਗੁਰਬਾਣੀ ਆਉਂਦੀ ਹੈ, ਅਗਲਾ ਦਿਸਦਾ ਇਹ ਜੋ ਗੁਰਬਾਣੀ ਕਹਿੰਦੀ ਇਹ ਤਾਂ ਕੁਛ ਵੀ ਨਹੀਂ ਕਹਿ ਰਿਹਾ। ਉਸ ਵਿੱਚ ਉਹਨਾਂ ਨੇ ਦੱਸਿਆ, ਮੈਂ ਇੱਕ ਵਾਰ ਕਿਹਾ ਸੀ ਵੀ ਇਹਨੂੰ ਡਰਾਉਣੇਪਣ 'ਚ ਨਹੀਂ ਲਿਜਾਣਾ, ਪਰ ਖੋਣਾ ਹੈ,
ਇਹ ਕਲਪਨਾ ਵੀ ਨਹੀਂ, ਹੋਣਾ ਵੀ ਇਹ ਕੇਵਲ ਕਲਪਨਾ ਦਾ ਅਰਥ ਐਵੇਂ ਮੈਂ ਬਣਾਇਆ ਨਹੀਂ ਵੀ ਮਿੱਥ ਨਹੀਂ ਹੈ, ਇਹ ਕਲਪਨੀ ਇਹ ਹੋਣਾ ਹੈ। ਉਹ ਕਹਿੰਦਾ ਮੰਨ ਲਓ ਤੇਰਾ ਮਨ ਨਹੀਂ ਲੱਗਦਾ, ਮੇਰਾ ਕੰਮ, ਮੇਰਾ ਪਰਿਵਾਰ, ਮੇਰੇ ਬੱਚੇ, ਮੈਂ ਵੀ ਸ਼ਾਮਿਲ ਹਾਂ ਜੀ। ਕਹਿੰਦੇ ਨਿਤਨੇਮ ਤੋਂ ਪਹਿਲਾਂ ਉਂਝ ਤਾਂ ਸਾਡੇ ਗੁਰਮੁਖ ਪਿਆਰੇ ਵਿਦਵਾਨ ਹੋਏ ਨੇ ਭਾਈ ਰਘਵੀਰ ਸਿੰਘ ਜੀ ਵੀਰ, ਸੁਣਿਆ ਹੋਣਾ ਤੁਸੀਂ, ਜਿੰਨਾ ਪੜ੍ਹਿਆ ਹੋਣਾ, ਬੰਦਗੀ ਨਾਮਾ, ਸਰਬਰੂਪ ਕਾ ਔਖਦ ਨਾਮ, ਰਮਜ਼ੀ ਕਹਾਣੀਆਂ, ਅਰਦਾਸ, ਉਹ ਗੁਰਮੁਖ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਉਹਨਾਂ ਜਦੋਂ ਨਾਮ ਬਾਰੇ ਲਿਖਿਆ ਆਪਣੇ ਅੰਦਰ ਦੀ ਸਾਰੀ ਮੈਲ ਪਹਿਲਾਂ ਉਹਨਾਂ ਲਿਖੀ ਕਿ ਮੈਂ ਕਿਹੋ ਜਿਹਾ ਸਾਂ, ਕਿਹੜੇ ਫੁਰਨੇ ਬਣਦੇ ਸਨ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਉਹ ਇਹ ਗੱਲ ਕਹਿੰਦੇ ਨੇ ਵੀ ਜਦੋਂ ਸਿਮਰਨ ਸ਼ੁਰੂ ਕਰਨੇ, ਕਿਉਂਕਿ ਆਪ ਜਪਣ ਵਾਲੇ ਬੈਠੇ, ਕਹਿੰਦੇ ਪਹਿਲਾਂ ਭਾਵੇਂ ਦੋ ਲਫ਼ਜ਼ਾਂ 'ਚ ਅਰਦਾਸ ਕਰ ਲਓ, ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ, ਧੰਨ ਗੁਰੂ ਨਾਨਕ ਸਾਹਿਬ ਜੀ, ਬੈਠਣ ਲੱਗਾ ਟਿਕਾ ਬਖਸ਼ਿਓ, ਅਤੇ ਦੂਜਾ ਗੱਲ ਬੜੀ ਚੰਗੀ, ਕਹਿੰਦੇ ਜਿਹੜੇ ਵਿਰੋਧੀ ਨੇ ਨਾ ਉਹਨਾਂ ਦਾ ਧਿਆਨ ਟਿਕਾ ਕੇ ਕਹਿ ਦਿਆ ਕਰੋ ਸਤਿਗੁਰੂ ਅੱਜ ਸਾਰਿਆਂ ਦਾ ਭਲਾ ਕਰ ਦੇ। ਕਹਿੰਦਾ ਫੁਰਨਾ ਹੀ ਕੋਈ ਨਹੀਂ ਉੱਠਦਾ, ਕਿਉਂ ਕਵਚ ਬਣ ਜਾਂਦਾ ਹੈ ਨਾ, ਫੁਰਨਾ ਹੀ ਰਾਹ ਬਣਾਉਂਦਾ, ਫੁਰਨਾ ਹੀ ਬੰਨ ਮਾਰ ਦਿੰਦਾ। ਹੁਣ ਦੇਖੋ, ਕਦੀ ਸੋਚੀਏ ਇਕਾਂਤ ਵਿੱਚ ਉਸ ਧਿਆਨ ਦੀ ਪੱਧਤੀ 'ਚ, ਉਹਨਾਂ ਕਿਹਾ ਵੀ ਇਹ ਸੋਚ ਵੀ ਮੇਰੀ ਮੌਤ ਹੋ ਗਈ ਹੈ। ਸੋਚ ਪਰ ਸੋਚਣਾ ਕੀ ਹੋਣੀ ਹੈ, ਮੌਤ ਹੋ ਗਈ ਹੈ। ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਜੋ ਗੁਰੂ ਸਾਹਿਬ ਕਹਿ ਰਹੇ, ਮੌਤ ਹੋ ਗਈ ਹੈ। ਪਰਿਵਾਰ ਨੂੰ ਪਤਾ ਲੱਗ ਗਿਆ, ਸਾਰੇ ਇਕੱਠੇ ਹੋ ਗਏ, ਜਿੰਨਾ ਕੋਈ ਕਿਸੇ ਦਾ ਖਿੱਤ ਸੀ, ਕੋਈ ਰੋਂਦਾ, ਕੋਈ ਕਲਪਦਾ, ਚਲੋ ਬੰਦਗੀ ਕਰਨ ਵਾਲੇ ਭਾਣੇ ਚਲੇ ਜਾਂਦੇ, ਪਰ ਇਹ ਸੋਚ ਵੀ ਸਾਰਾ ਪਰਿਵਾਰ ਇਕੱਠਾ ਹੋ ਗਿਆ। ਅਤੇ ਇਹ ਵੀ ਨਾਲ ਚੇਤੇ ਰੱਖੀ, ਸਾਰੇ ਇਕੱਠੇ ਹੋ ਕੇ ਇੱਕ ਗੱਲ ਨਾਲ ਸਾਰੇ ਸਹਿਮਤ ਨੇ, ਇਹਦਾ ਸਸਕਾਰ ਜ਼ਰੂਰ ਕਰਨਾ। ਕਿਸੇ ਨੇ ਕਿਹਾ ਵੀ ਨਹੀਂ 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 ਕਰਨਾ, ਤੇਰਾ ਇਸ਼ਨਾਨ ਕਰਾ ਦਿੱਤਾ, ਕੱਪੜੇ ਤੇਰੇ ਪਾ ਦਿੱਤੇ, ਹੱਥ ਤੇਰੇ ਖੱਲਰ ਦੇ, ਕਦੀ ਖੱਬੇ ਸੱਜੇ, ਕੱਪੜੇ ਵੀ ਧੱਕੇ ਨਾਲ, ਬਾਹਾਂ ਬੂਹਾਂ ਘੁਮਾ ਘੁੰਮੂ ਕੇ ਪਾਉਂਦੇ ਪਏ ਆ, ਤਿੰਨ ਚੋਕੇ ਲੈ ਗਏ ਆ, ਸ਼ਮਸ਼ਾਨ ਘਾਟ ਤੇਰਾ ਮੂੰਹ ਵੇਖਿਆ, ਲੱਕੜਾਂ ਵਿਛੀਆਂ ਨੇ ਉੱਤੇ ਤਨ ਰੱਖ ਕੇ, ਤੇਰੇ ਪੂਰੇ ਸਰੀਰ ਦੇ ਉੱਤੇ ਲੱਕੜਾਂ ਚਿੰਨ ਦਿੱਤੀਆਂ, ਸਿਰ ਵਾਲੇ ਪਾਸੇ ਘਿਓ, ਮੈਂ ਉੱਥੋਂ ਦੀ ਗੱਲ ਕਰ ਰਿਹਾ, ਘਿਓ ਪਾ ਦਿੱਤਾ, ਅੱਗ ਦਾ ਲਾਂਬੂ ਲਾਇਆ, ਜਿਹੜੇ ਉੱਤੇ ਡਿੱਗਦੇ ਸਨ, ਤੇਰੇ ਵਾਰ ਵਾਰ ਉੱਤੇ ਡਿੱਗਦੇ ਸਨ, ਜਦੋਂ ਲਾਂਬੂ ਲੱਗਾ ਸਾਰੇ ਕਹਿਣ ਲੱਗੇ ਪਰਾਂ ਪਰਾਂ ਹੋ ਜਾਓ, ਹਵਾ ਛੱਡ ਦਿਓ, ਅੱਗ ਛੇਤੀ ਫੜ ਲੈਗੀ। ਇਹ ਕਹਿੰਦੇ ਹੁੰਦੇ ਨੇ ਉੱਥੇ ਨਾ ਜੀ, ਜਦੋਂ ਹਵਾ ਛੱਡ ਦਿਓ, ਇੱਧਰੋਂ ਹਵਾ ਹੁੰਦੀ ਹੈ, ਅੱਗ ਛੇਤੀ ਮੱਚੇਗੀ। ਅਤੇ ਤੂੰ ਦ੍ਰਿਸ਼ਟਾ ਬਣ ਕੇ ਵੇਖ, ਤੇਰੀਆਂ ਖੱਡੀਆਂ ਸੜ ਰਹੀਆਂ ਨੇ ਲੱਕੜਾਂ ਦੀ ਤਰ੍ਹਾਂ, ਤੇਰੇ ਕੇ ਸੜ ਰਹੇ ਨੇ ਘਾਹ ਦੀ ਤਰ੍ਹਾਂ, ਸਾਰੇ ਚਲੇ ਗਏ, ਅਤੇ ਰਾਤ ਨੂੰ ਸਿਰਫ ਇਕੱਲੀ ਤੇਰੀ ਚਿਖਾ ਮੱਚਦੀ ਰਹਿ ਗਈ। ਦੂਜੇ ਦਿਨ ਆਏ, ਬੋਰੀ 'ਚ ਪਾ ਕੇ ਤੈਨੂੰ ਲੈ ਗਏ, ਪਾਣੀ 'ਚ ਰੋੜ ਕੇ ਆ ਗਏ, ਬਸ ਆਹ ਕੋਈ ਤੇਰੇ ਨਾਲ ਵਾਪਰਨਾ, ਤੇਰੇ ਨਾਲ ਕੌਣ ਗਿਆ। ਚਲੋ ਉਹ ਸਾਧਨਾ ਵਾਲਾ ਕਹਿੰਦਾ ਇਸ ਤਰ੍ਹਾਂ ਕਰੋ, ਅਤੇ ਮੈਂ ਕਿਹਾ ਮਹਾਰਾਜ ਤਾਂ ਬਾਣੀ 'ਚ ਬਚਨ ਕਰਦੇ ਆ, ਹਾੜ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਕਾਸ, ਇਹ ਜਗ ਜਲਤਾ ਦੇਖ ਕੇ ਪਇਓ ਕਬੀਰ ਉਦਾਸ। ਇਹ ਸੱਚ ਹੈ, ਮਹਾਰਾਜ ਬਚਨ ਕਰ ਰਿਹਾ, ਤੇਰੇ ਨਾਲ ਕਿਸੇ ਨਹੀਂ ਜਾਣਾ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਇਹ ਇਸੇ ਸ਼ਲੋਕ ਦੀ ਵਿਆਖਿਆ, ਤਉ ਤਨ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭੱਜ ਜੈ ਹੈ, ਕਤੰਚ ਮਾਤਾ ਕਤੰਚ ਪਿਤਾ, ਕਿੱਥੇ ਨੇ ਮਾਂ ਕਿੱਥੇ ਹੈ ਬਾਪ, ਤਉ ਤਨ ਜਦੋਂ ਤੇਰੇ ਤਨ ਦੀ ਖਬਰ ਮਿਲੀ ਕਿ ਚਲਾ ਗਿਆ, ਤਉ ਤਨ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭੱਜ ਜੈ ਹੈ। ਮਹਾਰਾਜ ਜੀ ਕਹਿੰਦੇ ਭੌਂਡ ਭੰਡਾਰ ਧਰਾਗੜ ਜੇਤਕ ਛਾੜਿਤ ਪ੍ਰਾਨ ਬਿਗਾਨ ਕਹੇ ਕਹਿ,
ਪੁੱਤਰ, ਕਲੱਤਰ, ਸੁਮਿੱਤਰ, ਸਖਾ, ਆ ਸਾਰੇ ਬਚਨ ਹੋਇਆ। ਪੁੱਤਰ ਆ ਗਏ, ਇਸਤਰੀ ਆ ਗਈ, ਖਿਤੂ ਆ ਗਏ, ਪੁੱਤਰ, ਕਲੱਤਰ, ਸੁਮਿੱਤਰ, ਸਖਾ, ਇਹ ਬੇਗ ਨਕਾਰੋ ਆਇਸ ਦੇ ਹੈ। ਸਾਰੇ ਕਹਿੰਦੇ ਛੇਤੀ ਕੱਢੋ, ਚੇਤਰੇ ਚੇਤ ਅਚੇਤ ਮਹਾਂਪਾਸ਼, ਅੰਤ ਕੀ ਬਾਰ ਅਕੇਲੋ ਜਾਏ ਹੈ, ਅੰਤਲੇ ਸਮੇਂ ਤੂੰ ਇਕੱਲਾ ਜਾਏਗਾ। ਪਰ ਇੱਥੇ ਵੇਖੋ ਸਾਡੇ ਕੋਲ ਜੇ ਆਪਸ਼ਨ ਹੈ, ਮੇਰੇ ਕੋਲ ਵੀ ਤੁਹਾਡੇ ਕੋਲ, ਸੱਚੀ ਲਓ, ਸਭ ਵਾਪਰਨਾ ਸਭ ਨਾਲ ਕਹਿ। ਪਰ ਮਹਾਰਾਜ ਕਹਿੰਦੇ ਹਾਂ, ਇੱਕ ਸਿਮਰਨ ਤੇਰੇ ਨਾਲ ਜਾਏਗਾ, ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਾਈ, ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੋ ਸਭੈ ਕਹਿਤ ਕਹਿ, ਹਿਤ ਸਿਉਂ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕਹੁ, ਇਹ ਅਚਰਜ ਕਹਿ ਰੀਤ, ਮਨ ਮੂਰਖ ਅਜ ਹੂੰ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ। ਨਾਲ ਕੌਣ ਜਾਏਗਾ? ਨਾਨਕ ਭਵਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਇਹ ਬਿਦਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ, ਕਤੰਚ ਮਾਤਾ ਕਤੰਚ ਪਿਤਾ, ਅੰਤ ਬਾਰ ਨਾਨਕ ਬਿਨ ਹਰ ਜੀ, ਕਉ ਕਾਮਨਾ ਆਇਓ, ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਖੇ, ਕੋਈ ਕਿਸੇ ਦਾ ਨੀ। ਮਹਾਰਾਜ ਕਹਿੰਦੇ ਸਭ ਕਿੱਥੇ ਚਲੇ ਗਏ? ਹਜ਼ੂਰ ਫਰਮਾ ਰਹੇ ਨੇ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਨਾਨਕ ਥਿਰ ਖਰ ਭਗਤ ਹੈ, ਤੇ ਰਾਖੋ ਮਨ ਮਾਹੇ। ਇਸੇ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਪਹਿਲਾ ਬਚਨੇ ਕਰ ਰਹੇ ਨੇ ਕਿ ਭਾਈ ਮੈਨੂੰ ਦੱਸ, ਕਿੱਥੇ ਮਾਂ, ਕਿੱਥੇ ਬਾਪ, ਕਦੋਂ ਦੇ ਮਾਂ, ਕਦੋਂ ਦੀ ਬਾਪ, ਕਦੋਂ ਦੇ ਇਸਤਰੀ, ਕਦੋਂ ਦੇ ਪੁੱਤਰ, ਕਦ ਲਾਡ ਪਿਆਰ ਕਿੱਥੇ ਗਿਆ? ਹਾਂ, ਇਹ ਨਾਮ ਮਿਲੇਗਾ ਬੰਦਗੀ ਵਾਲਿਆਂ ਕੋਲੋਂ, ਸਿਮਰਨ ਵਾਲਿਆਂ ਕੋਲੋਂ। ਗੁਰਮੁਖੋ ਵੇਖੋ, ਮੈਂ ਹਰ ਸਾਲ ਆਪ ਜੀ ਕੋਲ ਆਉਂਦਾ, ਯਤਨ ਕਰੋ ਨਿੰਦਿਆ ਤੋਂ ਬਚ ਜਾਈਏ। ਜਿਸ ਬੰਦੇ ਨੂੰ ਨਿੰਦਿਆ ਦੀ ਬਿਮਾਰੀ ਲੱਗ ਗਈ ਨਾ, ਅਤੇ ਜਿਹਦੀ ਨਿੰਦਿਆ ਕਰਦਾ ਹੈ ਉਹਨੂੰ ਅੱਗੋਂ ਉੱਤਰ ਦੇਣ ਦੀ ਕੋਈ ਲੋੜ ਨਹੀਂ। ਉਹਨੂੰ ਕੈਂਸਰ ਤੋਂ ਖਤਰਨਾਕ ਬਿਮਾਰੀ ਲੱਗ ਗਈ, ਅੱਜ ਵੀ ਗਿਆ ਅਤੇ ਕੱਲ੍ਹ ਵੀ ਗਿਆ। ਇਹ ਬਾਹਰੋਂ ਦਿਸਦਾ ਬੰਦਾ ਠੀਕ ਨਿੰਦਕ, ਕਿਉਂਕਿ ਬਾਹਰੋਂ ਲਲਕਾਰੇ ਮਾਰਦਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਵੇਂ ਕਲਰੀ ਕੰਧ ਦੇ ਉੱਤੇ ਸੀਮਿੰਟ ਕੀਤਾ ਹੋਵੇ, ਮਿੱਟੀ ਹੋਵੇ ਕਲਰੀ, ਅਤੇ ਇੱਟਾਂ ਵੀ ਪੱਕੀਆਂ ਹੋਣ ਕਲਰੀ ਕੰਧ ਦੀਆਂ, ਉੱਤੇ ਸੀਮਿੰਟ ਕੀਤਾ ਹੋਵੇ, ਸੀਮਿੰਟ ਦੇ ਲੇ ਵੀ, ਲੇ ਸਮਝਦੇ ਨਾ, ਸੀਮਿੰਟ ਜਿਹੜਾ ਉਹ ਵੀ ਸਾਰਾ ਧੜਾ ਤਾਂ ਡਿੱਗ ਪੈਂਦਾ ਜਿਹਦੀਆਂ ਇੱਟਾਂ ਕਲਰੀਆਂ ਨੇ। ਪਿਆਰਿਓ, ਜਿਹਦੇ ਅੰਦਰ ਨਿੰਦਿਆ ਦਾ ਕਲਰ ਪੈ ਜਾਏ ਨਾ, ਉਹ ਬਾਰਾ ਜਿੰਨਾ ਮਰਜ਼ੀ ਲਿਸ਼ਕਿਆ ਪੁਸ਼ਕਿਆ ਰਿਹਾ, ਉਹਨੇ ਡੁੱਬਣਾ ਹੀ ਡੁੱਬਣਾ ਹੈ। ਨਿੰਦਕ ਐਸੇ ਹੀ ਝਰ ਭਰੀ ਹੈ। ਇਹ ਨਿਸ਼ਾਨੋ, ਇਹ ਨਿਸ਼ਾਨੀ ਸੋਨੋ ਤੋਂ ਭਾਈ, ਜੋ ਕਾਲਰ ਭੀਤ ਗਿਰੀਏ, ਜਿਵੇਂ ਕਲਰ ਦੀ ਕੰਧ ਕਿਰਦਿਆਂ ਕਿਰਦਿਆਂ ਖਤਮ ਹੋ ਜਾਂਦੀ ਹੈ। ਨਿੰਦਿਆ ਕਰਦਾ ਕਰਦਾ ਬੰਦਾ ਇੱਕ ਦਿਨ ਖਿਮਾ ਕਰਿਓ, ਖੁਰ ਖਤਮ ਹੋ ਜਾਂਦਾ। ਪਰ ਬੰਦਗੀ ਕਰਨ ਵਾਲਿਆਂ ਦੀ ਚੱਲਦੀ ਹੈ। ਫਿਰ ਬੇਨਤੀ ਹੈ, ਹਜ਼ੂਰ ਨੇ ਫਰਮਾਇਆ, ਲੱਭਦਾ ਹੈ ਨਾਮ ਪਰਮਾਤਮਾ ਦੇ ਸੰਤ ਜਨਾਂ ਕੋਲੋਂ। ਉਹਨਾਂ ਦੇ ਕੋਲ ਜਦੋਂ ਬੈਠਦੇ ਹਾਂ, ਜਦੋਂ ਵੀ ਕੋਈ ਬੰਦਗੀ ਵਾਲਾ, ਹਾਂ ਕੋਈ ਸ਼ੱਕ ਨਹੀਂ, ਭੇਕ ਪਖੰਡ ਬਹੁਤ ਜ਼ਿਆਦਾ ਹੈ ਇਹ 'ਚ, ਮੈਂ ਕਿਹਾ ਕੋਈ ਸ਼ੱਕ ਨਹੀਂ, ਪਰ ਫਿਰ ਆਪਾਂ ਆਪਣੇ ਨਿਸ਼ਾਨੇ ਨੂੰ ਲੈ ਕੇ ਤੁਰੀਏ। ਰੱਬ ਦੇ ਪਿਆਰੇ ਸੰਤ ਜਨ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਉਹਨਾਂ ਦੇ ਘਰ 'ਚੋਂ ਲੱਭਣਾ।
ਤਜ ਅਭਿਮਾਨ ਲਿਖੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਲਾਦ ਖੇਪ ਸੰਤਾਂ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ। ਉੱਥੋਂ ਲੱਭਣੇ ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਪ੍ਰਭੂ ਸੰਤ ਜਨ ਤੇਰਾ ਆਪਣਾ ਤਨ ਨੇ, ਜਿੱਥੇ ਉਹਨਾਂ ਦੀ ਸੰਗਤ ਹੈ ਉੱਥੇ ਤੇਰੇ ਪ੍ਰਾਣ ਨੇ। ਹਜ਼ੂਰ ਕਹਿੰਦੇ ਸਭ ਕੁਝ ਆਏਗਾ, ਤੂੰ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰ। ਸੱਚ ਏਵੇ ਉਹਨਾਂ ਦੀ ਸੰਗਤ ਵਿੱਚੋਂ ਪਰਮੇਸ਼ਵਰ ਜੀ ਲੱਭਦੇ ਨੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਬਸੈ ਜੀਓ। ਇਸ ਤੋਂ ਅਗਲਾ ਬਚਨ ਜਿਹੜਾ ਹੈ ਥੋੜ੍ਹੇ ਜਿਹੇ ਅਰਥ ਆਪਾਂ ਕਰ ਲੈਂਦੇ ਹਾਂ। ਮਹਾਰਾਜ ਕਹਿੰਦੇ ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਕਾਰ ਯੋਗ ਹੈ ਮਾਂ ਅਤੇ ਬਾਪ ਦਾ ਸਨੇਹ। ਇਹਨੂੰ ਮੋਹ ਰੂਪ ਚ ਕਹਾਂਗੇ। ਫਿਰ ਅਰਜ਼ ਹੈ ਜਿਹੜਾ ਮੋਹ, ਜਿਹੜੀ ਚੀਜ਼, ਜਿਹੜਾ ਵਜੂਦ, ਜਿਹੜਾ ਫੁਰਨਾ ਸਾਡੇ ਤੁਹਾਡੇ ਅੰਦਰੋਂ ਸਿਮਰਨ ਅਤੇ ਨੇਮ ਘਟਾਉਂਦਾ ਹੈ ਨਾ, ਸਿੱਧੀ ਗੱਲ ਉਹ ਤ੍ਰਿਕਾਰ ਯੋਗੀ ਹੈ। ਮੈਂ ਸਿੱਧੇ ਜਿਹੇ ਅਰਥ ਕਰ ਦਿੱਤੇ ਨੇ। ਉਂਝ ਸਾਡੇ ਜਿਹੜੇ ਸੰਪਰਦਾਇ ਗੁਰਮੁਖ ਮਹਾਂਪੁਰਖ ਨੇ ਉਹ ਜਦੋਂ ਤ੍ਰਿਗ ਲਫ਼ਜ਼ ਦੇ ਅਰਥ ਕਰਦੇ ਨੇ ਨਾ, ਉਹ ਕਹਿੰਦੇ ਕਿਸੇ ਬੰਦੇ ਨੂੰ 100 ਵਾਰੀ ਫਿਟਕਾਰ ਪਾਓ, ਕਿਉਂਕਿ ਸ਼ਬਦ 100 ਵਾਰੀ ਕਿਸੇ ਦਾ ਮੂੰਹ ਫਿਟਕਾਰ ਪਾਓ ਉਹਦੀ ਇੱਕ ਲਾਹਨਤ ਬਣਦੀ ਹੈ, 100 ਵਾਰੀ ਕਿਸੇ ਨੂੰ ਲਾਹਨਤ ਦਿਓ ਤੇ ਇੱਕ ਤ੍ਰਿਗ ਬਣਦਾ ਹੈ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਤ੍ਰਿਗੰਤ, ਤ੍ਰਿਕਾਰ ਯੋਗ ਹੈ ਮਾਤ ਪਿਤਾ ਸਨੇਹੰ। ਮਾਤਾ ਤੇ ਪਿਤਾ ਦਾ ਮੋਹ ਤ੍ਰਿਕਾਰ ਯੋਗ ਹੈ, ਜਿੱਥੇ ਨਿਤਨੇਮ ਭੁੱਲ ਜਾਂਦਾ ਹੈ, ਜਿੱਥੇ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਤ੍ਰਿਗ ਸਨੇਹੰ, ਤ੍ਰਿਕਾਰ ਯੋਗ ਹੈ ਉਹ ਸਨੇਹ। ਅਸਮੇ ਦੇ ਅਰਥ ਮੋਹ ਕਰ ਰਿਹਾ ਮੈਂ ਸਿੱਧੇ। ਤ੍ਰਿਕਾਰ ਯੋਗ ਹੈ ਉਹ ਪਿਆਰ, ਉਹ ਮੋਹ। ਮਹਾਰਾਜ ਕਹਿੰਦੇ ਪ੍ਰਾਤ ਬਾਂਧਵਹ, ਜਿਹੜੇ ਭਰਾ ਤੇ ਰਿਸ਼ਤੇਦਾਰਾਂ ਦਾ ਮੋਹ ਉਹ ਵੀ ਤ੍ਰਿਕਾਰ ਯੋਗ, ਜਿੱਥੇ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਏ। ਇੱਥੇ 2 ਬੇਨਤੀਆਂ ਕਰਾਂਗਾ। ਸੱਚੀ ਮੁੱਚੀ ਬੰਦਗੀ ਕਰਨ ਵਾਲਿਆਂ ਦੇ ਸਾਹਮਣੇ ਮੋਹ ਆਇਆ, 3 ਉਦਾਹਰਨਾਂ ਨੇ, 2 ਚ ਬਾਣੀ ਚ ਨੇ ਜੀ, 1 ਸਾਡੇ ਸਿੱਖ ਇਤਿਹਾਸ ਵਿੱਚ ਹੈ, ਥੋੜਾ ਸਮਝਣ ਲਈ। ਜਿੱਥੇ ਮੋਹ ਆਉਂਦਾ ਹੈ, ਪਰ ਸੱਚੀ ਮੁੱਚੀ ਖੂਨ ਦਾ ਮੋਹ ਇੱਕ ਪਾਸੇ ਹੋ ਜਾਂਦਾ, ਬੰਦਗੀ ਨੂੰ ਪਹਿਲ ਦਿੱਤੀ ਜਾਂਦੀ ਹੈ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਪੁਰਾਣਕ ਸਾਖੀ, ਤੁਹਾਨੂੰ ਸਭ ਨੂੰ ਪਤਾ ਕਿ ਪ੍ਰਹਿਲਾਦ ਜੀ ਦੀ, ਭਗਤ ਪ੍ਰਹਿਲਾਦ ਜੀ ਮਹਾਰਾਜ। ਮੈਂ ਫਿਰ ਬੇਨਤੀ ਕਰਾਂਗਾ, ਹੱਥ ਜੋੜ ਕੇ ਬੇਨਤੀ, ਜੇ ਗੁਰਸਿੱਖੋ ਦਵੈਸ਼ ਵਿੱਚ ਆ ਕੇ ਜਿਨ੍ਹਾਂ ਰੂਹਾਂ ਦਾ ਬੰਦਗੀ ਵਾਲਿਆਂ ਦਾ ਨਾਮ ਬਾਣੀ 'ਚ ਲਿਆ ਗਿਆ, ਉਹਨਾਂ ਪ੍ਰਤੀ ਭਾਵਨਾ ਜ਼ਰੂਰ ਬਣਾਈਏ। ਹੁਣ ਭਗਤ ਪ੍ਰਹਿਲਾਦ ਜੀ ਨੇ ਕਿ ਉਹਨਾਂ ਸਾਹਮਣੇ ਮੋਹ ਨਹੀਂ ਆਇਆ, ਜਦੋਂ ਮਾਂ ਕਹਿੰਦੀ ਬਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ, ਬੰਦਾ ਕਿਸੇ ਤੋਂ ਨਾ ਮੰਨੇ, ਸੰਧਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮੀ ਪਚਾਰੇ, ਰਾਮ ਕਹਿ ਕਰਤਾਲ ਬਜਾਵੇ ਚਟੀਆ ਸਭੈ ਬਿਗਾਰੇ, ਰਾਮ ਨਾਮ ਜਬੋ ਕਰੇ ਹਿਰਦੈ ਖਾਰਜੀ ਕੋ ਸਿਮਰਨ ਕਰੇ। ਅੱਗੇ ਕਹਿੰਦੇ ਬਸਦਾ ਬਸ ਕੀਨੀ ਸਭ ਰਾਜੇ, ਤੇਰੇ ਬਾਪ ਨੇ ਸਾਰੀ ਧਰਤੀ ਵਸ ਕੀਤੀ ਹੈ, ਮੋਹੀ ਹੈ ਨਾ, ਜਿਸ ਮਾਂ ਦਾ ਦੁੱਧ ਪੀਤਾ ਬੱਚਾ ਹੈ ਜੇ। ਬਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਲਾਨੀ, ਪੂਤ ਪ੍ਰਹਿਲਾਦ ਕਹਿਆ ਨੀ ਮਾਨੈ ਤਿੰਨ ਤੋਂ ਔਰ ਠਾਨੀ, ਮਾਂ ਦੀ ਗੱਲ। ਉਂਝ ਭਾਈ ਗੁਰਦਾਸ ਸਾਹਿਬ ਕਹਿੰਦੇ ਵਾਹਿਗੁਰੂ ਤੇਰੇ ਕਰਤਬਾਂ ਨੂੰ ਤੂੰ ਜਾਣੇ, ਪ੍ਰਹਿਲਾਦ ਨੂੰ ਲੋਕੀ ਤਾਂ ਧੰਨ ਧੰਨ ਕਹਿੰਦੇ ਭਇਆ
ਕਿ ਉਹਨੇ ਮਾਂ ਦੀ ਗੱਲ ਨਹੀਂ ਮੰਨੀ ਤੇ ਧਰੂ ਨੂੰ ਲੋਕੀ ਤਾਂ ਧੰਨ ਧੰਨ ਕਹਿੰਦੇ ਪਏ, ਉਹਨੇ ਮਾਂ ਦੀ ਗੱਲ ਮੰਨ ਲਈ ਹੈ ਤਾਂ ਦੋਨੋਂ ਭਗਤ ਨਾ। ਪ੍ਰਹਿਲਾਦ ਨੇ ਨਹੀਂ ਮੰਨੀ, ਪ੍ਰਹਿਲਾਦ ਨੂੰ ਮਾਂ ਨੇ ਕਿਹਾ ਛੱਡ ਤੂੰ ਰਾਮ ਨਾਮ, ਤੇਰਾ ਬਾਪ ਨੇ ਧਰਤੀ ਵਸ ਕੀਤੀ, ਉਹਨੇ ਕਿਹਾ ਮਾਂ ਤੈਨੂੰ ਛੱਡ ਦਿਆਂਗਾ, ਬਾਪ ਨੂੰ ਛੱਡ ਦਿਆਂਗਾ, ਰਾਮ ਨਾਮ ਨਹੀਂ ਛੱਡਾਂਗਾ, ਹੈ ਤਾਂ ਉਹ ਵੀ ਮਾਂ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਧਰੂ ਦੀ ਵੀ ਮਾਂ ਹੈ, ਉਹਨੇ ਮਾਂ ਦੀ ਮੰਨ ਲਈ ਉਹ ਤਾਂ ਭਗਤ ਬਣ ਗਿਆ, ਪ੍ਰਹਿਲਾਦ ਨੇ ਮਾਂ ਦੀ ਗੱਲ ਇਨਕਾਰ ਕਰ ਦਿੱਤੀ ਤਾਂ ਭਗਤ ਬਣ ਗਿਆ। ਤੇਰੀ ਅਸਰਜ ਖੇਡ ਹੈ। ਪਰ ਇੱਥੇ ਤਿਰਗੰਤ ਮਾਤ ਪਿਤਾ ਸਨੇਹੰ, ਮਾਂ ਬਾਪ ਦਾ ਮੋਹ ਵੀ ਤਰਕਾਰ ਯੋਗ ਹੈ ਜਿੱਥੇ ਵਾਹਿਗੁਰੂ ਭੁੱਲ ਜਾਏ, ਇੱਥੇ ਪ੍ਰਹਿਲਾਦ ਦੀ ਉਦਾਹਰਨ ਢੁੱਕਦੀ ਹੈ। ਬਸ ਦਾ ਬਸ ਕੀਨੀ ਸਭ ਰਾਜੇ, ਮਾਂ ਕਹਿੰਦੀ ਤੇਰੇ ਬਾਪ ਨੇ ਸਾਰੀ ਧਰਤੀ ਵਸ ਕੀਤੀ, ਬਿਨਤੀ ਕਰੇ ਪਟਲਾਨੀ ਮਾਂ ਤਰਲੇ ਲੈਂਦੀ ਹੈ। ਤੇ ਤਿੰਨਾਂ ਉਦਾਹਰਨਾਂ ਮੈਂ ਜਿਹੜੀਆਂ ਦੇਣ ਲੱਗਾ, ਤਿੰਨਾਂ ਥਾਵਾਂ ਤੇ ਮਾਂ ਤਰਲੇ ਹੀ ਲੈਂਦੀਆਂ ਨੇ, ਦੋ ਤਾਂ ਬਾਣੀ ਚੋਂ, ਇੱਕ ਸਾਡੀ ਹਿਸਟਰੀ। ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਲਾਨੀ ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰ ਠਾਨੀ ਨਹੀਂ ਮੰਨਿਆ ਮੋਹ ਨੂੰ। ਦੂਸਰਾ ਕਹਿ ਰੁਦਨ ਕਰੇ ਨਾਮੇ ਕੀ ਮਾਏ, ਉਹ ਵੀ ਤਾਂ ਮੋਹ ਹੀ ਹੈ ਨਾ। ਫਿਰ ਪਿਆ ਧਿਆਨ ਨਾਲ ਸੁਣਿਓ, ਇੱਕ ਪਾਸੇ ਨਾਮ ਹੈ, ਇੱਕ ਪਾਸੇ ਖੂਨ ਦਾ ਰਿਸ਼ਤਾ ਹੈ। ਰੁਦਨ ਕਰੇ ਨਾਮੇ ਕੀ ਮਾਏ, ਨਾਮ ਦੇਵ ਜੀ ਦੀ ਮਾਂ ਰੋ ਰਹੀ ਹੈ, ਚੇਤੇ ਰੱਖਿਓ ਬੰਦਾ ਪਸੀਜ ਜਾਂਦਾ ਮਾਂ ਨੂੰ ਰੋਂਦਿਆਂ ਵੇਖ ਕੇ। ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ, ਛੱਡ ਪਰਮਾਤਮਾ ਦਾ ਰਾਮ ਕਿਉਂ ਬੋਲਣਾ, ਛੋੜ ਰਾਮ ਕੀ ਨਾ ਭਜੈ ਖੁਦਾਏ, ਅੱਗੋ ਵੇਖੋ ਮਾਂ ਦਾ ਸੁਨੇਹ ਵੀ ਛੱਡ ਦਿੱਤਾ, ਕਹਿਣ ਲੱਗੇ ਨਾ ਹੂੰ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋ ਹਰ ਗੁਣ ਗਾਏ। ਇੱਕ ਹੋਰ ਬਚਨ ਲੈ ਲਓ, ਮੋਹ ਦਈਏ ਬੰਦਗੀ ਕਰਨ ਵਾਲਾ ਗੁਰਮੁਖੋ, ਸਿੱਧੀ ਗੱਲ ਠੀਕ ਹੈ, ਅਸੀਂ ਵੀ ਮੋਹ ਚ ਫਸੀਆਂ, ਤੰਦਾਂ ਹੀ ਇਹੋ ਜਿਹੀਆਂ ਨੇ ਨਾ, ਇਹ ਤਾਂ ਵਾਹਿਗੁਰੂ ਕੱਲਾ ਸਾਨੂੰ ਥਾਂ ਦਾ ਲਾਇਆ। ਅੱਜ ਕਦੀ ਅੱਜ ਕੱਲ੍ਹ ਦਿਖਾਉਂਦੇ ਨੇ ਕਈ ਵਾਰੀ, ਸੱਚੀ ਲਓ, ਇੱਕ ਦਿਨ ਲੰਘਾ ਪਿਆ, ਬਿੱਲੀ ਦਾ ਬਲੂੰਗੜਾ ਕਾਰ ਥੱਲੇ ਆ ਕੇ ਮਰ ਗਿਆ, ਬਿੱਲੀ ਸਾਰੀ ਦੁਪਹਿਰ ਉਹਦੇ ਕੋਲ ਬੈਠੀ ਰਹੀ, ਉਹਦੇ ਵਿੱਚ ਵੀ ਤਾਂ ਮੋਹ ਹੈ ਨਾ, ਇਹ ਸਭ ਵਿੱਚ ਪੈਦਾ ਕੀਤਾ ਉਹਨਾਂ। ਪਰ ਮੋਹ ਤੋਂ ਅੱਗੇ ਜਿਹੜਾ ਰੱਬ ਨੂੰ ਮੁਹੱਬਤ ਕਰਦਾ ਬਾਜੀ, ਉਹ ਜਿੱਤ ਕੇ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਮੁਸ ਮੁਸ ਰੋਵੈ ਕਬੀਰ ਕੀ ਮਾਏ, ਉੱਥੇ ਵੀ ਤਾਂ ਮੋਹ ਹੀ ਹੈ ਨਾ। ਠੀਕ ਹੈ ਭਾਵੇਂ ਉਹ ਕਿਰਤ ਲਈ ਕਹਿ ਰਹੀ ਵੀ ਕੁਝ ਕਰ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਬੱਚਿਆਂ ਦਾ ਮੋਹ ਸਾਹਮਣੇ ਹੈ। ਪਰ ਉਹ ਮਹਾਂਪੁਰਖ ਪਿਆ ਭਗਤੀ ਕਰਨ ਵਾਲਾ ਕਹਿੰਦਾ, ਮਾਂ ਜਬ ਲਗ ਤਾਗਾ ਬਾਹੂ ਵਿਹੀ, ਤਬ ਲਗ ਬਿਸਰੈ ਰਾਮ ਸਨੇਹੀ, ਰੱਬ ਨਾ ਭੁੱਲੇ। ਤਿੰਨ ਬਚਨ ਤਾਂ ਸੱਚੋ ਬਾਣੀ 'ਚ ਲਏ, ਇੱਕ ਬਚਨ ਦਿੱਲੀ ਦੀ ਧਰਤੀ 'ਤੇ ਵਾਪਰਿਆ, ਤੁਹਾਨੂੰ ਸਭ ਨੂੰ ਪਤਾ, ਸਾਖੀ ਤੁਹਾਨੂੰ ਸਭ ਨੂੰ ਚੇਤੇ ਵੀ, ਇਹ ਸਾਖੀ ਉਸ ਫਾਰਸੀ ਦੇ ਵਿਦਵਾਨ ਨੇ ਲਿਖੀ ਹੈ ਜਿਹਨੇ ਅੱਖਾਂ ਨਾਲ ਦੇਖਿਆ ਹੈ, ਇਹ ਨਹੀਂ ਕਿ ਸੁਣਿਆ ਸੁਣਾਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਰੋਜ਼ ਜਿਹੜੇ ਸਿੱਖ ਸਨ ਨੂੰ ਸ਼ਹੀਦ ਕੀਤਾ ਜਾਂਦਾ ਸੀ, ਇਹ ਗੱਲ ਵੱਖਰੀ ਕਿ ਏਡਾ ਵੱਡਾ ਜਰਨੈਲ ਜਿਹਨੇ ਕਦੀ ਆਪਣੇ ਨਾਮ ਨਾਲ ਜਥੇਦਾਰ ਵੀ ਨਹੀਂ ਲਾਇਆ, ਜਿਹਨੇ ਆਪਣੇ ਆਪ ਨੂੰ ਸਿੰਘ ਸਾਹਿਬ ਵੀ ਨਹੀਂ ਕਿਹਾ। ਸੱਚੀ ਏ, ਰਤਨ ਸਿੰਘ ਪੰਗੂ ਇਹ ਗੱਲ ਕਹਿੰਦਾ, ਇੱਕੋ ਗੱਲ ਕਹਿੰਦਾ ਸੀ, ਮੈਂ ਹੂੰ ਉਸੀ ਪੁਰਖ ਕਾ ਦਾਸਾ ਜਿਸਨੇ ਕੀਨੋ ਪੰਥ ਪ੍ਰਕਾਸ਼ਾ। ਬਾਬਾ ਬੰਦਾ ਸਿੰਘ ਜੀ ਬਹਾਦਰ, ਮੇਰੀ ਫਿਰ ਬੇਨਤੀ ਧਿਆਨ ਨਾਲ ਸੁਣਿਓ, ਅੱਜ ਕੱਲ੍ਹ ਕਿਤਾਬ ਮਿਲ ਜਾਂਦੀ ਪੰਜਾਬੀ 'ਚ ਜੇ ਕਿਸੇ ਪੜ੍ਹਨੀ ਹੋਵੇ, ਜਿਹੜੀ ਫਾਰਸੀ ਸਰੋਤ ਨੇ ਨਾ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲੇ ਦਿਨਾਂ ਦੇ, ਉਹ ਪੰਜਾਬੀ 'ਚ ਪੜ੍ਹ ਕੇ ਦੇਖਿਓ, ਉਹ ਹੈਰਾਨ ਨੇ, ਕੋਈ ਵੀ ਬੰਦਾ ਜਿਹਨੂੰ ਸਿੱਖ ਨੂੰ ਸ਼ਹੀਦ ਕੀਤਾ ਗਿਆ, ਇੱਕ ਵੀ ਬੰਦਾ
ਨਾ ਕਿਸੇ ਦੇ ਚਿਹਰੇ ਦੇ ਉੱਤੇ ਘਬਰਾਹਟ ਸੀ, ਨਾ ਕੋਈ ਮਿਲਾਵ ਸੀ। ਉਹ ਕਹਿੰਦੇ ਨੇ ਇਹ ਦੋ ਗੱਲਾਂ ਕਹਿੰਦੇ ਸਨ, ਇੱਕ ਸ਼ਬਦ ਬੋਲਦੇ ਸਨ ਵਾਹਿਗੁਰੂ ਵਾਹਿਗੁਰੂ, ਕਹਿੰਦੇ ਕਤਾਰ 'ਚ ਖਲੋਤੇ ਵਾਹਿਗੁਰੂ ਵਾਹਿਗੁਰੂ ਬੋਲਦੇ ਸਨ, ਅਤੇ ਜਿਹੜਾ ਪਿੱਛੇ ਖਲੋਤਾ ਸੀ ਉਹ ਜਲਾਦ ਨੂੰ ਕਹਿੰਦਾ ਸੀ ਉਹ ਮੁਕਤੀ ਦਾਤਾ ਮੈਨੂੰ ਕਿਤੇ ਦੇਰੀ ਨਾ ਹੋ ਜਾਵੇ, ਪਹਿਲਾਂ ਮੇਰੀ ਗਰਦਨ 'ਤੇ ਤਲਵਾਰ ਚਲਾ ਦੇ। ਉੱਥੇ ਮੈਂ ਇੱਕ ਬੇਨਤੀ ਕਰਨ ਲੱਗਾ, ਇੱਕ ਮੋਹ ਉੱਥੇ ਵੀ ਆਇਆ, ਨੌਜਵਾਨ ਲੜਕਾ ਸੀ, ਤੁਸੀਂ ਜਾਣਦੇ ਹੋ ਸਾਰੇ ਇਹ ਘਟਨਾ, ਦੀਵਾਨ ਰਤਨ ਚੰਦ ਦੇ ਕੋਲ ਹੈ। ਉਸ ਮਾਈ ਨੇ, ਉਹਦੀ ਮਾਂ ਨੇ, ਬੱਚੇ ਦਾ ਵਿਆਹ ਜੇ ਹੋਇਆ ਸੀ ਜੀ, ਕੁਝ ਮਕੀਨੇ ਕਹੋ ਕੋਈ ਦਿਨ, ਸ਼ਗਨਾਂ ਦਾ ਉਹਦਾ ਗਾਨਾ ਵੀ ਸੀ, ਚਲੋ ਉੱਥੇ ਲਫਜ਼ ਉਹਨਾਂ ਗਾਨਾ ਵਰਤਿਆ। ਮਾਈ ਨੇ ਦੀਵਾਨ ਰਤਨ ਚੰਦ ਸੀ ਉੱਥੇ, ਉਹਦੇ ਲਈ ਅਪਰੋਚ ਕਰ ਲਈ, ਫਰਸ਼ ਕੇ ਫਰਕਸ਼ੀਅਰ ਤੱਕ ਵੀ ਅਪਰੋਚ। ਉਹਨੇ ਕਿਹਾ ਵੀ ਮੇਰਾ ਪੁੱਤਰ ਸਿੱਖ ਨਹੀਂ, ਇਹ ਕੈਦ ਸੀ ਸਿੱਖਾਂ ਦੀ ਅਤੇ ਤੁਸੀਂ ਪਕੜ ਲਿਆਂਦਾ, ਅਤੇ ਮੈਂ ਵਾਸਤਾ ਪਾਉਂਦੀ ਹਾਂ ਮੇਰੇ ਪੁੱਤਰ ਨੂੰ ਛੱਡ ਦਿਓ, ਮੇਰਾ ਪੁੱਤਰ ਸਿੱਖ ਨਹੀਂ। ਦੇਖੋ ਰੱਬ ਦੀ ਖੇਡ ਕੀ, ਉਹਦਾ ਨੰਬਰ ਵੀ ਉਹਦਾ ਆਇਆ ਸੀ, ਉਹਦਾ ਕਤਲ ਕਰ ਲਈ, ਸ਼ਹੀਦ ਕਰ ਲਈ ਕਾਤਲ ਨੇ, ਅਤੇ ਦੀਵਾਨ ਨੇ ਕਿਹਾ ਤੂੰ ਖੁਸ਼ ਕਿਸਮਤ ਹੈ ਕਿ ਤੇਰੀ ਮਾਂ ਨੇ ਦੱਸ ਦਿੱਤਾ ਤੂੰ ਸੁੱਖ ਸਿੱਖ ਨਹੀਂ, ਤੈਨੂੰ ਛੱਡ ਦਿੱਤਾ, ਤੈਨੂੰ ਕਤਲ ਨਹੀਂ ਕੀਤਾ ਜਾਣਾ। ਕਹਿੰਦੇ ਉਸ ਬੱਚੇ ਨੇ, ਕਸ਼ਹਿਰਾ ਸਿਰਫ ਉਹਦੇ ਤੇੜ ਸੀ ਜੀ, ਉਹਨੇ ਉੱਚੀ ਆਵਾਜ਼, ਮਾਂ ਹੀ ਸਾਹਮਣੇ, ਮਾਂ ਕੋਲ ਪਰਵਾਨਾ ਸੀ ਕਿ ਪੁੱਤ ਮੈਂ ਤੈਨੂੰ ਬਚਾ ਲਿਆ, ਉਹਨੇ ਮਾਂ ਦੀਆਂ ਅੱਖਾਂ ਚੱਖਾਂ ਪਾ ਕੇ ਕਿਹਾ ਮੇਰੀ ਮਾਂ ਜ਼ਰੂਰ ਹੈ ਪਰ ਝੂਠ ਬੋਲਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਦੇਰੀ ਨਾ ਕਰ, ਮੈਨੂੰ ਉੱਥੇ ਪਹੁੰਚਾ ਦੇ ਜਿੱਥੇ ਮੇਰੇ ਵੀਰ ਚਲੇ ਗਏ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਹੈ ਤਾਂ ਸ਼ਬਦ ਕਹਿਣਾ ਵੀ ਕਿੱਡਾ ਵੱਡਾ ਮੋਹ ਹੈ ਜੀ, ਮੌਤ ਸਾਹਮਣੇ ਹੋਵੇ ਅਤੇ ਲੱਕੜ ਦੀ ਵੱਡੀ ਮੁੱਢੀ ਜਿਵੇਂ ਕਸਾਈ ਵੱਢਦੇ ਆ, ਸੱਚੀ ਮੁੱਚੀ ਜੀ ਉਸ ਮੁੱਢੀ ਉੱਤੇ ਗਰਦਨ ਰੱਖਣੀ ਹੋਵੇ ਅਤੇ ਇੱਕੋ ਦਮ ਖਬਰ ਮਿਲ ਜਾਏ ਤੈਨੂੰ ਛੱਡ ਦਿੱਤਾ, ਵੱਡਿਆਂ ਵੱਡਿਆਂ ਦੀਆਂ ਲੱਤਾਂ ਡੋਲ ਜਾਂਦੀਆਂ ਨੇ। ਓਏ ਕਿਹੋ ਜਿਹਾ ਬੰਦਾ ਹੋਵੇਗਾ, ਕਿਸ ਮਿੱਟੀ ਦਾ ਬਣਿਆ ਸਿੱਖ ਹੋ ਕਿ ਉਹਨੇ ਕਿਹਾ ਨਹੀਂ ਮੇਰੀ ਮਾਂ ਝੂਠ ਬੋਲਦੀ, ਮੇਰੀ ਮਾਂ ਦਾ ਨਾਂ ਸਾਹਿਬ ਕੌਰ ਹੈ। ਸੱਚੀ ਮੁੱਚੀ ਉਹ ਵੇਖਣ ਵਾਲਾ ਕਹਿੰਦਾ ਮੇਰੇ ਸਾਹਮਣੇ, ਕਹਿੰਦਾ ਅੱਖ ਝਮਕਣ ਦੀ ਦੇਰ ਸੀ ਜਦੋਂ ਉਹਨੇ ਕਿਹਾ ਆਵਾਜ਼ ਦੇ ਕੇ ਮਾਂ ਝੂਠ ਬੋਲਦੀ ਏ, ਗਰਦਨਾਂ 'ਚ ਕੀਤੀ, ਕਹਿੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਪੂਰੇ ਜ਼ੋਰ ਨਾਲ ਤਲਵਾਰ ਚਲਾਈ, ਉਸ ਨੌਜਵਾਨ ਦਾ ਸਿਰ ਵੱਢ ਕੇ ਇੱਕ ਪਾਸੇ ਕਰ ਦਿੱਤਾ। ਮੈਂ ਸਿਰਫ ਇੱਥੇ ਤਾਂ ਹੀ ਉਦਾਹਰਨ ਲਈ, ਗੁਰਮੁਖੋ ਉਹ ਫਰਜ਼ ਨਹੀਂ ਮੈਂ ਕਹਿ ਰਿਹਾ ਵੀ ਫਰਜ਼ ਨਹੀਂ ਪੂਰੇ ਕਰਨੇ, ਹਰ ਉਹ ਮੋਹ ਤ੍ਰਕਾਰ ਯੋਗ ਹੈ ਜਿੱਥੇ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਏ। ਮਾਂ ਬਾਪ ਮਹਾਰਾਜ ਤਾਂ ਕਿਹਾ ਗੁਸਾਈ ਮਹਿੰਡਾ ਇੱਠੜਾ ਅੰਮ ਅੱਬੇ ਥਾਵੋਂ ਮਿੱਠੜਾ, ਮੇਰੇ ਅੰਮਾ ਅਤੇ ਅੱਬਾ ਤੋਂ ਮਿੱਠਾ ਵਾਹਿਗੁਰੂ ਹੈ। ਇੱਥੇ ਗੁਰੂ ਜੀ ਕਹਿ ਰਹੇ ਤਿਰਗੰਤ ਤਿਰਕਾਰ ਯੋਗ ਹੈ, ਮਾੜਾ ਹੈ ਸ਼ਬਦ ਵਰਤਾਂ, ਮਾਤ ਪਿਤਾ ਸਨੇਹੰ, ਮਾਤਾ ਪਿਤਾ ਦਾ ਸਨੇਹ ਤਿਰਕਾਰ ਯੋਗ ਹੈ। ਅੱਗੇ ਕਹਿੰਦੇ ਤ੍ਰਿਗ ਸਨੇਹੰ, ਫਿਰ ਬੇਨਤੀ, ਤਿਰਕਾਰ ਯੋਗ ਹੈ ਮੋਹ, ਪ੍ਰਾਤ ਬੰਦ ਹੈ, ਭਰਾਵਾਂ ਦਾ ਅਤੇ ਰਿਸ਼ਤੇਦਾਰਾਂ ਦਾ ਮੋਹ ਵੀ ਤਿਰਕਾਰ ਯੋਗ ਹੈ। ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹ, ਫਿਰ ਬੇਨਤੀ, ਤਿਰਕਾਰ ਯੋਗ ਹੈ ਉਹ ਸਨੇਹ, ਸਨੇਹ ਦਾ ਅਰਥ ਮੈਂ ਕਰਨਾ ਪਿਆ ਮੋਹ, ਉਂਝ ਵੈਸੇ ਸਨੇਹ ਦਾ ਅਰਥ ਪਿਆਰ ਵੀ ਹੁੰਦਾ, ਤਿਰਕਾਰ ਯੋਗ ਹੈ ਉਹ ਮੋਹ ਕਿਹੜਾ ਬਨਤਾ, ਇਸਤਰੀ ਅਸੀਂ ਅਰਥ ਕਰਕੇ ਆਏ ਹਾਂ। ਮੇਰੀ ਬੇਨਤੀ, ਜਿਹੜੇ ਸ਼ਬਦ ਦੁਬਾਰਾ ਆਉਣਗੇ ਜ਼ਰੂਰ ਅਰਥ ਚੇਤੇ ਰੱਖਿਓ, ਸੌਖੇ ਹੋ ਜਾਂਦੇ ਆ। ਕਹਿੰਦੇ ਤਿਰਕਾਰ ਯੋਗ ਹੈ ਇਸਤਰੀ ਦਾ ਮੋਹ, ਬਿਲਾਸ ਦਾ ਅਰਥ ਆਪ ਜਾਣਦੇ ਹੋ, ਤਮਾਸ਼ੇ ਕਰਨੇ, ਕਲੋਲ ਕਰਨੇ, ਲਾਡ ਕਰਨੇ, ਫਿਰ ਬੇਨਤੀ,
ਕਿ ਤ੍ਰਿਗ ਸਨੇਹੰਗ ਬਨਤਾ ਬਿਲਾਸ ਸੁਤ ਹੈ, ਜਿਹੜਾ ਤੂੰ ਆਪਣੇ ਪੁੱਤਰ ਨਾਲ ਤੇ ਆਪਣੀ ਇਸਤਰੀ ਨਾਲ ਲਾਡ ਲਡਾਨਾ, ਪਿਆਰ ਕਰਨਾ, ਜੇ ਪੁੱਤਰ ਤੇ ਇਸਤਰੀ ਆਇਆ ਵੀ ਤੇਰਾ ਨਿਤਨਿਮ ਛੁੱਟ ਗਿਆ ਤੇ ਚੇਤੇ ਰੱਖੀ ਉਹ ਵੀ ਤ੍ਰਿਗ ਹੈ। ਹਜ਼ੂਰ ਅੱਗੇ ਬਚਨ ਕਰ ਰਿਹਾ, ਤ੍ਰਿਗ ਸਨੇਹੰ, ਫਿਰ ਅਰਜ ਹੈ ਤ੍ਰਿਕਾਰ ਯੋਗ ਹੈ, ਉਹ ਸਨੇਹ ਮੈਂ ਤ੍ਰਿਗ ਤ੍ਰਿਗ ਦੇ ਅਰਥ ਪਹਿਲਾਂ ਕਰ ਦਿੱਤੇ ਆ। ਗਿਰਹਾਰ ਥਕਾ ਹੈ, ਫਿਰ ਬੇਨਤੀ, ਗਿਰਹਾਰ ਥਕਾ ਹੈ, ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਇੰਜ ਉਂਝ ਵੈਸੇ ਸੰਪਰਦਾਇ ਗੁਰਮੁਖਾਂ ਨੇ ਵੀ ਕਿਹਾ, ਸ਼ਬਦ ਵੱਖਰਾ ਕਰ ਲਿਆ, ਕਿਹਾ ਇੱਥੇ ਉਹ ਅਰਥ ਕਰਦੇ ਨੇ ਗ੍ਰਹਿ ਅਰਥ ਕਾ, ਅਰਥ ਕਰਦੇ ਆ, ਉਚਾਰਨ ਨਹੀਂ, ਗ੍ਰਹਿ ਅਰਥ ਕਾ, ਗਿਰਹਾਰ ਥਕਾ ਹੈ, ਗ੍ਰਹਿ ਅਰਥ ਕਾ ਅਰਥ ਹੈ ਕਿ ਗ੍ਰਹਿ ਦੇ ਪਦਾਰਥਾਂ ਦਾ, ਸਿੱਧੇ ਅਰਥ ਹੋ ਗਏ ਇਹਦੇ ਕਿ ਮਹਾਰਾਜ ਕਹਿ ਰਹੇ ਨੇ ਤ੍ਰਿਗ ਸਨੇਹੰ ਗਿਰਹਾਰ ਥਕਾ ਹੈ ਕਿ ਪਰਿਵਾਰ ਦੇ ਸੰਸਾਰ ਦੇ ਪਦਾਰਥਾਂ ਦਾ ਮੋਹ ਵੀ ਤ੍ਰਿਕਾਰ ਯੋਗ ਹੈ। ਤੇ ਮਹਾਰਾਜ ਫਿਰ ਦੱਸੋ ਜੇ ਇਹ ਪਿਆਰ ਇਹ ਸਨੇਹ ਧਾਰ ਤ੍ਰਿਕਾਰ ਯੋਗ ਫਿਰ ਕਿਹੜਾ? ਕਹਿਣ ਲੱਗੇ ਸਾਧ ਸੰਗ ਸਨੇਹ, ਬਸ ਅਸਲੀ ਜਿਹੜਾ ਪਿਆਰ ਹੈ ਉਹ ਸਾਧ ਸੰਗਤ ਹੈ, ਇਹ ਤ੍ਰਿਕਾਰ ਯੋਗ ਨਹੀਂ, ਅਸਲੀ ਪਿਆਰ ਸਾਧ ਸੰਗ ਸਨੇਹ। ਅੱਗੇ ਗੁਰੂ ਜੀ ਕਹਿੰਦੇ ਨੇ ਸਤਿਅੰ, ਸਤ ਹੈ ਝੂਠ ਨਹੀਂ ਹੋਣਾ, ਬਾਕੀ ਸਾਰਾ ਪਿਆਰ ਜਿਹੜਾ ਸਨੇਹ ਹੈ ਮੋਖ ਹੈ ਉਹ ਝੂਠਾ ਹੈ, ਪਰ ਜਿਹੜਾ ਸੰਗਤ ਵਿੱਚ ਬੈਠ ਕੇ ਸਤ ਨਾਲ ਵਾਹਿਗੁਰੂ ਬੋਲਦਾ ਹੈ ਸਤ ਸੰਗਤ ਦਾ ਪਿਆਰ ਸੱਚ ਹੈ, ਇਹਨੇ ਖਤਮ ਨਹੀਂ ਹੋਣਾ। ਮੈਂ ਤਾਂ ਹੀ ਕਹਿੰਦਾ ਹੁੰਦਾ ਹੁਣ ਅੱਜ ਕੱਲ੍ਹ ਥੋੜ੍ਹਾ ਜਿਹਾ ਬਦਲ ਗਿਆ ਨਾ, ਸੰਗਤ ਦਾ ਕੰਸੈਪਟ ਗੋਸ਼ਟੀ ਬਣ ਗਿਆ, ਗੁਰਦੁਆਰਿਆਂ 'ਚ ਜ਼ਿਆਦਾ ਵੇਖਣ ਨੂੰ ਮਿਲਦਾ ਜੀ, ਗੋਸ਼ਟੀਆਂ ਬਣ ਗਿਆ, ਕਥਾਵਾਚਕ ਬੋਲਦਾ ਵਿੱਚੋਂ ਖਲੋ ਕੇ ਕਹਿੰਦਾ ਇਹਦਾ ਮਤਲਬ ਕੀ ਹੋਏ? ਉਹ ਗੁਰਮੁਖੋ ਚੇਤੇ ਰੱਖਿਓ ਸਤ ਸੰਗਤ ਭਗਤੀ ਹੁੰਦੀ ਹੈ, ਸਤ ਸੰਗਤ ਤਰਕ ਤਰਕ ਤੇ ਚਰਚਾ ਨਹੀਂ। ਫਿਰ ਅਰਜ ਕਹਿ ਸਾਧ ਸੰਗਤ, ਕਿਹੜੀ ਸਾਧ ਸੰਗਤ? ਜਿਹਨੂੰ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਪਾਠ ਕਰਨੇ ਆ ਸਤ ਸੰਗਤ ਕੈਸੀ, ਆਹ ਸੱਚ ਕਹਿ, ਉਂਝ ਨਹੀਂ ਵੀ ਇਹ ਅਰਥ ਲੈ ਕੇ ਆਪਣਾ ਜਥਾ ਆਪਣਾ ਧੜਾ ਹੋਇਆ, ਚਾਰ ਪੰਜ ਦੂਜਿਆਂ ਨੂੰ ਗਾਲਾਂ ਗੁਲਾਂ ਕੱਢੀਆਂ ਮਗਰੋਂ ਕਹਿ ਦਿੱਤਾ ਮਹਾਰਾਜ ਕਹਿ ਕੇ ਗਿਆ ਸਤ ਸੰਗਤ ਦੀ ਸਤ ਹੈ, ਨਹੀਂ ਤਸੀਰ ਕੀ ਹੈ ਜੀ ਉੱਥੇ? ਹਜ਼ੂਰ ਨੇ ਫਰਮਾਇਆ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਜੀ ਆ, ਨਾਨਕ ਸਤਿਗੁਰ ਦੀ ਆ ਬੁਝਾਏ ਜੀ, ਮੇਰੇ ਮਾਧੋ ਜੀ ਆ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਾਧ ਸੰਗਤ ਦਾ ਸਨੇਹ ਇਹ ਪਿਆਰ ਜਿਹੜਾ ਹੈ, ਇੱਕ ਤਾਂ ਇਹ ਸਤ ਹੈ ਇਹ ਸੱਚ ਹੈ, ਸਾਧ ਸੰਗ ਸਨੇਹ ਸਤਿਅੰ, ਅੱਗੇ ਮਹਾਰਾਜ ਕਹਿੰਦੇ ਨੇ ਸੁਖਿਅੰ, ਇਹ ਸੱਚ ਵੀ ਹੈ ਤੇ ਇਹ ਆਤਮਾ ਨੂੰ ਸੁੱਖ ਦੇਣ ਵਾਲਾ ਵੀ ਹੈ। ਇਸ ਨੂੰ ਫਿਰ ਸੁਣਿਓ, ਆਪਾਂ ਕਹਾਂਗੇ ਨਾ ਜੀ ਇਕੱਠ ਹੀ ਹੈ ਨਾ, ਗੁਰਦੁਆਰਾ ਸਾਹਿਬ ਵੀ ਇਕੱਠ, ਗਾਉਣ ਵਾਲੇ ਵੀ ਦੂਜੀਆਂ ਥਾਵਾਂ ਦੇ ਇਕੱਠ, ਨਹੀਂ ਇਕੱਠ ਇਕੱਠ 'ਚ ਬੜਾ ਫਰਕ ਹੈ। ਭਾਈ ਸਾਹਿਬ ਭਾਈ ਨੰਦ ਲਾਲ ਇੱਕ ਬਚਨ ਕਰਦੇ ਆ, ਆ ਹਜੂਮੇ ਅਸਤ ਕੇ ਬਹਿਰੇ ਜ਼ਿੰਦਗੀ ਈਸਤ, ਆ ਹਜੂਮੇ ਅਸਤ ਕੇ ਬਹਿਰੇ ਬੰਦਗੀ ਅਸਤ ਜ਼ਿੰਦਗੀ ਨਾਮਾ। ਕਹਿੰਦੇ ਨੇ ਸੱਚੇ ਪਾਤਸ਼ਾਹ ਹਜੂਮ ਬੜੇ ਨੇ, ਪਰ ਜਦੋਂ ਤੇਰੇ ਦਰ ਤੇ ਹਜੂਮ ਇਕੱਠਾ ਹੁੰਦਾ ਇਹਦੇ ਵਿੱਚੋਂ ਬੰਦਗੀ ਤੇ ਜ਼ਿੰਦਗੀ ਮਿਲਦੀ ਹੈ, ਉਹ ਹਜੂਮ ਜਿਹਦੇ ਵਿੱਚੋਂ ਰੂਹਾਨੀਅਤ ਮਿਲੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਭਾਈ ਸਾਧ ਸੰਗਤ ਜਾਂ ਜਿਹੜਾ ਸਨੇਹ ਹੈ ਇਹ ਸਤ ਹੈ ਤੇ ਸੁੱਖ ਦੇਣ ਵਾਲਾ ਵੀ ਹੈ, ਇਹਦੇ ਵਿੱਚ ਸੁੱਖ ਮਿਲਣਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਇਹਦੇ ਵਿੱਚ ਵੱਸਦੇ ਨੇ, ਛੇਚੇ ਮੈਂ ਅਰਥ ਸੁਖਿੰਗ ਦਰਥ ਸੁੱਖ ਦੇਣ ਵਾਲਾ, ਜਿਹੜੇ ਇਹਦੇ ਚ ਰਹਿੰਦੇ ਨੇ, ਸਾਧ ਸੰਗ ਸਨੇਹ ਸਤਿਅੰਗ ਸੁਖਿਅੰਗ ਬਸੰਤ ਨਾਨਕਾ ਹੈ,
ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਸਤ ਸੰਗਤ ਵਿੱਚ ਵੱਸਦੇ ਨੇ, ਇਉਂ ਅਰਥ ਕਰਾਂਗੇ ਉਹਨਾਂ ਦੇ ਅੰਦਰ ਰੂਹਾਨੀਅਤ ਸੁੱਖ ਚਲਾ ਜਾਂਦਾ ਹੈ, ਅਤੇ ਸੱਚ ਇਹ ਵੀ ਸਤ ਸੰਗਤ ਤੋਂ ਵੱਡਾ ਪਿਆਰ ਕੋਈ ਹੈ ਹੀ ਨਹੀਂ। ਇਹ ਯਾਦ ਰੱਖਿਓ, ਇਹ ਬੜੀ ਗੱਲ ਸਪਸ਼ਟ ਸਦੀਆਂ ਪਹਿਲਾਂ ਮਹਾਰਾਜ ਕਹਿ ਗਏ, ਖੂਨ ਦੇ ਰਿਸ਼ਤੇ ਧੋਖੇ ਦਿੰਦੇ ਦੇਖੋਗੇ, ਸਤ ਸੰਗਤ ਦਾ ਰਿਸ਼ਤਾ ਬਣ ਜਾ ਧੋਖਾ ਨਹੀਂ ਕਦੀ ਦਿੰਦਾ। ਮਹਾਰਾਜ ਸ਼ਬਦ ਵਰਤ ਰਿਹਾ ਕਿ ਸਤ ਸੰਗਤ ਦਾ ਪਿਆਰ ਇਹ ਸਦੀਵ ਰਹਿਣ ਵਾਲਾ ਹੈ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਕੁਰਬਾਨੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ। ਕਹਿੰਦੇ ਮੈਂ ਕੁਰਬਾਨ ਜਾਂਦਾ ਉਸ ਗੁਰਮੁਖ ਸਤਸੰਗੀਆਂ ਤੋਂ ਜਿਹੜੇ ਪੁੱਤਰਾਂ ਤੋਂ ਭਰਾਵਾਂ ਤੋਂ ਮਿੱਤਰਾਂ ਤੋਂ ਅਤੇ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੱਧ ਪਿਆਰ ਗੁਰਸਿੱਖਾਂ ਨੂੰ ਕਰਦੇ ਆ। ਇਹ ਇਸ ਲੜੀ ਨੂੰ ਮੈਂ ਜਿੰਨਾ ਕੁਝ ਕਹਿ ਸਕਿਆ, ਪਰ ਇਸ ਨੂੰ ਆਪਾਂ ਅੱਗੇ ਤੁਰਾਂਗੇ ਕੱਲ੍ਹ ਨੂੰ। ਸਤਿਗੁਰੂ ਕਿਰਪਾ ਕਰੇ, ਸਾਰੀ ਗੱਲ ਦਾ ਨਿਚੋੜ ਇਹ ਵੇ ਪਿਆਰਿਓ, ਜਿੱਦਣ ਇਕੱਲੇ ਜਾਣਾ ਹੈ ਨਾ, ਵਾਹਿਗੁਰੂ ਜਪੋਗੇ ਉਹ ਤਾਂ ਕਿਸੇ ਖੋ ਨਹੀਂ ਸਕਣਾ, ਬਾਕੀ ਸਭ ਕੋਈ ਦੁਨੀਆ ਦਾ ਖੁਸ਼ ਜਾਣਾ ਹੈ।